ਕਹਿੰਦੀ ਆਪਣਾ ਹੱਥ ਅੱਗੇ ਕਰੋ ਓਏ ਮੈਂ ਸਾਈ ਅੰਜ ਆਪਣਾ ਹੱਥ ਕੀਤਾ ਉਹਨੇ ਥੁੱਕ ਸੁੱਟਤਾ ਯਾਰ ਦੋ ਤਿੰਨ ਵਾਰੀ ਤੇ ਗਾਰਡ ਨੂੰ ਇਹ ਬਚਾ ਕੇ ਲਿਆਇਆ ਬੰਦੇ ਅੱਗੇ ਇਹਦਾ ਗਾਰਡ ਭਾਈ ਇਹਨੂੰ ਕੁੱਟਣ ਗਿਆ ਕਹਿੰਦਾ ਮੇਰੇ ਮੋਬਾਈਲ ਤੋਂ ਡਿਮਾਂਡ ਤਾਂ ਕਾਤੋਂ ਮੰਗਾਇਆ ਇਹ ਵਿਹੜੇ 'ਚ ਸੌਂਦਾ ਸੀ ਗਾਰਡ ਅੰਦਰ ਬੈੱਡ 'ਤੇ ਸੌਂਦਾ ਸੱਚਾ ਰੱਬ ਰਾਖਾ ਮੋਹ ਮੋੜ ਜਾਣ ਵਾਲੀਏ ਸੱਚਾ ਰੱਬ ਰਾਖਾ ਮੋਹ ਮੋੜ ਜਾਣ ਵਾਲੀਏ ਦਿਲ ਲੈ ਕੇ ਮੇਰਾ ਦਿਲ ਤੋੜ ਜਾਣ ਵਾਲੀਏ ਤੋੜ ਜਾਣ ਵਾਲੀਏ ਦਿਲ ਟੁੱਟਿਆ ਨਾ ਜੁੜੇ ਦੁਬਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮੇਣ ਮਾਰਦਾ ਜਹਾਣ ਮੈਨੂੰ ਸਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਹੋ ਅਸਲਾਮ ਵਾਲੇਕੁਮ ਅੱਬੂ ਦੀ ਗੱਲ ਕਰੇਗਾ ਗ੍ਰਿਪਤ ਦੀ ਗ੍ਰਿਪਤ ਦੀ ਅਗਲੀਆਂ ਕਲਾਸਾਂ ਚ ਜਾਣਾ ਸੀ ਯਕੀਨ ਕਰਕੇ ਇਹ ਹੁਣ ਅੱਬੇ ਨੇ ਆਖਰੀ ਸ਼ੋਅ ਇਹਦੇ ਤੋਂ ਬਾਅਦ ਅੱਬੂ ਨੇ ਆਪ ਆ ਕੇ ਕਹਿ ਦੇਣਾ ਮੇਰਾ ਹੈ ਹੀ ਨਹੀਂ ਲਓ ਜੀ ਜੇ ਕਦੀ ਟੀ ਟਾਈਮ ਬੰਦ ਹੋਇਆ ਨਾ ਵਾਲਦੇ ਮੋਹਤਰਮਾ ਦੀ ਮੋਹਤਰਮ ਦੀ ਹੋਣੀ ਮੇਰੀ ਗੱਲ ਸੁਣੋ ਹਲੇ ਇਹਨੂੰ ਕਨਫਰਮ ਨੀ ਕਿ ਕੌਣ ਤੇ ਇੰਨਾ ਜ਼ਿਕਰ ਕਰਦਾ ਜੇ ਇਹਨੂੰ ਪੱਕਾ ਪਤਾ ਚੱਲ ਜੇ ਫੇਰ ਤੇ ਹਟੇ ਹੀ ਨਾ ਇਹ ਤਾਂ ਤਵੀਜ਼ ਪਾਲ ਵੇ ਤੇ ਅੱਬੂ ਅੱਬੂ ਲਾਲ ਵੇ ਅੱਜ ਤੁਹਾਡੇ ਅੱਬੂ ਚਾਈਨਾ ਦੇ ਸੀ ਕਿਉਂ ਹਰ ਜਗ੍ਹਾ ਤੇ ਹੀ ਆ ਜਾਂਦੇ ਆ ਉਹ ਅੱਲਾ ਆਹੋ ਨਹੀਂ ਉਹ ਬਾਹਰਲੀ ਚੀਜ਼ ਸੀ ਮੈਂ ਆਪਣੇ ਅੱਬੂ ਲਈ ਡੇਲੀ ਦੁਆ ਕਰਦਾ ਮੈਂ ਆਪਣੇ ਉਸਤਾਦ ਲਈ ਵੀ ਡੇਲੀ ਦੁਆ ਕਰਕੇ ਸੁਣਦਾ ਹਾਂਜੀ ਆਪਣੇ ਦੋਸਤਾਂ ਯਾਰਾਂ ਲਈ ਆਪਣੇ ਰਿਸ਼ਤੇਦਾਰਾਂ ਲਈ ਭੈਣ ਭਰਾ ਚਲੋ ਜੀ ਓਕੇ ਹੋ ਗਿਆ ਅਸੀਂ ਵੀ ਤੇ ਤੇਰੇ ਲਈ ਚੀਨੀ ਦਮ ਕਰਾ ਕੇ ਫਿਰਨਦੇ ਆ ਕਿ ਕਿਤੇ ਤੂੰ ਪਰਦਾ ਕਰ ਜੇ ਹਾਂਜੀ ਉਸਤਾਦ ਜੀ ਉਹ ਫਿਰ ਕੀ ਹੋ ਜਾਏਗਾ ਸਿਮਰਨ ਦੀ ਸਟੋਰੀ ਤੇ ਪੁੱਛੋ ਸਿਮਰਨ ਕਹਿ ਰਹੇ ਨੇ ਸਿਮਰਨ ਸੁਣਾਓ ਉਸਤਾਦ ਜੀ ਸਿਮਰਨ ਵਾਲੀ ਯਾਰ ਇਹ ਸਟੋਰੀ ਨਹੀਂ ਹੈ ਮੇਰੀ ਇਹ ਸੱਚੀ ਯਾਨੀ ਕਿ ਗੱਲ ਸਟੋਰੀ ਹੁੰਦੀ ਹੈ ਨਾ ਲਵ ਸਟੋਰੀ ਨਹੀਂ ਹੁੰਦੀ ਵਾਕਿਆ ਸਟੋਰੀ ਕਹਿੰਦੇ ਇਹਨੂੰ ਸਟੋਰੀ ਕਹਿੰਦੇ ਸਟੋਰ ਤੋਂ ਸਟੋਰੀ ਆ ਨਿਕਲੀ ਤੇ ਜਿਹੜੀ ਡਬਲ ਸਟੋਰੀ ਹੁੰਦੀ ਉਹ ਹੀ ਉੱਥੋਂ ਨਹੀਂ ਨੇ ਸਟੋਰ ਤੋਂ ਜਦੋਂ ਨਿਕਲੀ ਉਹ ਕੈਮਰਿਆਂ 'ਚ ਆਈ ਨਹੀਂ ਕਿ ਕਿੰਨੇ ਗੱਡੀ ਹਾਂ ਤੇ ਉਹ ਸਟੋਰੀ ਸਾਰੀ ਰਿਕਾਰਡ ਹੁੰਦੀ ਉਸਤਾਦ ਜੀ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੜੀ ਰਿਸ਼ਤੇ ਕਰਾਉਣ ਵਾਲੀ ਖਾਲਾ ਉਹਦੀ ਵੀ ਸ਼ਾਦੀ ਹੋ ਗਈ ਉਹ ਆਪਣੇ ਘਰ ਖੁਸ਼ ਉਧਰੋਂ ਭਾਈ ਸਾਹਿਬ ਪਰੇਸ਼ਾਨ ਮੈਨੂੰ ਲਹਿਦਾ ਪਰੇਸ਼ਾਨ ਸਿਮਰਨ ਦੇ ਨਾਲ ਵੀ ਮੇਰੀ ਕੋਈ ਗੱਲਬਾਤ ਨਹੀਂ ਇੰਨੀ ਹੋਣ ਡਈ ਖੈਰ ਮੈਨੂੰ ਹੁਣ ਉਸਤਾਦ ਜੀ ਭਾਈ ਸਾਹਿਬ ਦਾ ਨਾ ਫੋਨ ਆਇਆ ਕਿ ਕਿਤੇ ਮੈਨੂੰ ਮੈਂ ਕਿਹਾ ਮੈਂ ਘਰ ਕਹਿੰਦੇ ਯਾਰ ਮੇਰੇ ਲਾਦ ਰਾ ਸਾਹਿਬ ਆਉਂਦਾ ਹੀ ਆਪਣੀਆਂ ਐਟਮਾਂ ਕਰਨ ਲੱਗ ਪਏ ਨਹੀਂ ਨਹੀਂ ਆਉਂਦੇ ਨਹੀਂ ਮੈਂ ਆਉਣਾ ਖੈਰ ਯਾਰ ਤੂੰ ਭਾਈ ਸਾਹਿਬ ਦੇ ਉੱਤੇ ਚਬਾਰਾ ਕਿਉਂ ਨਹੀਂ ਪਾ ਲੈਂਦਾ ਨਹੀਂ ਨਹੀਂ ਉਸਤਾਦ ਜੀ ਨਹੀਂ ਤੂੰ ਭਾਈ ਸਾਹਿਬ ਦਾ ਨਾਲ ਦਾ ਘਰ ਕਿਰਾਏ ਤੇ ਲੈਣਾ ਤੂੰ ਹਾਈ ਸਾਹਿਬ ਦੇ ਨਾਲ ਰਹਿ ਲਾ ਤੂੰ ਹਾਈ ਸਾਹਿਬ ਦੇ ਕਮਰੇ ਦੇ ਨਾਲ ਆਪਣੀ ਮੰਜੀ ਡਾਹ ਲਾ ਤੂੰ ਡੇੜੀ 'ਚ ਆਪਣਾ ਪਿੰਜਰਾ ਰਹਾ ਲਾ ਹਾਈ ਸਾਹਿਬ ਨੂੰ ਕਿਤੇ ਮੇਰਾ ਜੰਗਲਾ ਬਣਾ ਦਿਓ ਤੇ ਅੱਲਾ ਵੀ ਨਾਲ ਘਰ ਤੈਨੂੰ ਜਾਣ ਨਹੀਂ ਦਿੰਦੇ ਘਰ ਤੋਂ ਪਹੁੰਚਦਾ ਬਾਅਦ 'ਚ ਪਹਿਲੇ ਦਿਨ ਹਾਈ ਸਾਹਿਬ ਦਾ ਫੋਨ ਆ ਜਾ ਵੀ ਆ ਜਾ ਤੂੰ ਜਾਣਾ ਕੀ ਕਰਨਾ ਔਰ ਉੱਤੋਂ ਤੂੰ ਐਡਾ ਤਾਬੇਦਾਰ ਆ ਦੂਸਰੇ ਟਾਈਮ ਆ ਜਾਂਦਾ ਛੇ ਦਿਨ ਬਾਅਦ ਵੀ ਤੂੰ ਘਰ ਜਾਵੇਂ ਤੂੰ ਘਰ ਵੜਦਾ ਹਾਈ ਸਾਹਿਬ ਕਹਿੰਦੇ ਆ ਜਾ ਤੂੰ ਉੱਥੋਂ ਹਾਈ ਸਾਹਿਬ ਲਾ ਜਾਣਾ ਉਹ ਤੂੰ ਜਾਣਾ ਕਿਉਂ ਹਾਈ ਸਾਹਿਬ ਦੇ ਘਰੋਂ ਆਪਣੇ ਘਰਦਿਆਂ ਨੂੰ ਤੂੰ ਭੁੱਲਿਆ ਪਿਆ ਨਾਲੇ ਕਿਹੜੇ ਅੱਜ ਸਾਹਿਬ ਕੁੜੀ ਦਾ ਰਿਸ਼ਤਾ ਤੈਨੂੰ ਦੇਣ ਨਹੀਂ ਦੇ ਤੇਰੇ ਨਾਲ ਅੱਲਾ ਮਾਫੀ ਦੇਵੇ ਉਹਨਾਂ ਨੇ ਕਰਨ ਅਰਜੁਨ ਵਾਲਾ ਰਿਸ਼ਤਾ ਬਣਾ ਲਿਆ ਆਪਣੇ ਘਰ ਸੀ ਮੈਂ ਮਾਨਾ ਕਹਿੰਦੇ ਯਾਰ ਦੋ ਬੋਤਲਾਂ ਫੜੀ ਲਿਆ ਕੋਕ ਆਉਂਦੇ ਮੇਰੇ ਕੋਲ ਪੈਸੇ ਨਹੀਂ ਲਏ ਨਹੀਂ ਰੋਕ ਉਹ ਦੂਸਰੀਆਂ ਬੋਤਲਾਂ ਉਹ ਮੈਂ ਭਾਈ ਮੈਂ
ਮੇਰੇ ਕੋਲ ਗੱਡੀ ਨਹੀਂ ਸੀ ਹੈ ਮੈਂ ਕਿਹਾ ਇਹ ਸਭ ਮੋਟਰਸਾਈਕਲ ਨਹੀਂ ਆਇਆ ਛੋਟਾ ਭਾਈ ਲੈ ਕੇ ਗਿਆ ਪਰਮਿਟ ਆਇਆ ਸੀ ਨਹੀਂ ਪਰਮਿਟ ਵੀ ਨਹੀਂ ਸੀ ਹੈਗਾ ਉਸਤਾਦ ਜੀ ਉਹ ਖੈਰ ਉਸਤਾਦ ਜੀ ਉਹ ਜਿਹੜਾ ਕਰੈਕਟਰ ਸੀਗਾ ਨਾ ਬੋਤਲਾਂ ਵੇਚਦਾ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਦੋ ਬੋਤਲਾਂ ਚਾਹੀਦੀਆਂ ਕਹਿੰਦਾ ਆਈ ਸਭ ਲੈ ਜਾਣੀ ਆ ਮੈਂ ਕਿਹਾ ਹਾਂ ਉਹਨੂੰ ਪਤਾ ਸੀ ਕਹਿੰਦਾ ਮੈਂ ਵੀ ਉੱਧਰ ਜਾਣ ਡਿਆ ਸਾਈ ਉਹਨਾਂ ਨੇ ਨਾ ਅਸੀਂ ਮੋਟਰਸਾਈਕਲ ਤੇ ਬੈਠੇ ਆ ਤੇ ਰਾਹ ਦੇ ਨਾਕਾ ਲੱਗਾ ਸੀ ਉੱਥੇ ਫੜੇ ਗਏ ਸੀ ਅਸੀਂ ਸਾਈ ਜਦੋਂ ਫੜੇ ਗਏ ਨਾ ਤੇ ਉਹ ਪੁਲਿਸ ਵਾਲੇ ਕਹਿੰਦੇ ਕਿੱਧਰ ਬੋਤਲਾਂ ਲੈ ਕੇ ਜਾਣ ਡੇ ਉਹ ਕਹਿੰਦਾ ਜੀ ਉੱਧਰ ਲੈ ਕੇ ਜਾ ਰਹੇ ਹਾਂ ਹਫੀਜ਼ ਸਾਹਿਬ ਵੱਲ ਹਫੀਜ਼ ਦਾ ਉਹ ਕਹਿੰਦੇ ਚਲੋ ਆਓ ਅਸੀਂ ਵੀ ਨਾਲ ਚੱਲਦੇ ਅਸੀਂ ਵੀ ਨਾਲ ਚੱਲਦੇ ਉਸਤਾਦ ਜੀ ਉਹਨਾਂ ਨੇ ਲੰਮਾ ਟੇਵਾ ਲਾਇਆ ਸੀ ਉਹ ਨਾਲ ਉਸਤਾਦ ਜੀ ਸਾਡੇ ਚਲੇ ਗਏ ਅੱਛਾ ਜੀ ਅਸੀਂ ਦਰਵਾਜ਼ਾ ਖੜਕਾਇਆ ਤੇ ਭਾਈ ਸਾਹਿਬ ਕਹਿੰਦੇ ਕੌਣ ਪਛਾਣ ਨਹੀਂ ਭੁੱਲ ਗਏ ਉਸਤਾਦ ਜੀ ਤੁਹਾਨੂੰ ਵੀ ਮੈਨੂੰ ਵੀ ਕਹਿੰਦੇ ਮੈਂ ਨਹੀਂ ਮੰਗਾਈਆਂ ਮੈਂ ਜਾਣਦਾ ਜ਼ਰੂਰ ਹਾਂ ਸਾਡਾ ਮਹੱਲੇਦਾਰ ਲੇਕਿਨ ਮੈਂ ਨਹੀਂ ਮੰਗਾਈਆਂ ਮੁੱਕਰ ਗਿਆ ਜੀ ਮੈਂ ਨਾ ਭਾਜੀ ਜੀ ਸੀ ਮੈਂ ਨਾ ਬੜਾ ਪਰੇਸ਼ਾਨ ਹੋਇਆ ਉਸਤਾਦ ਜੀ ਖੈਰ ਉਹ ਫੜ ਕੇ ਲੈ ਗਏ ਅਸੀਂ ਤਲਕ ਦੇ ਨਾਲ ਨਾ ਭਾਈ ਸਾਹਿਬ ਨਹੀਂ ਫੋਨ ਕਰਕੇ ਮੈਨੂੰ ਹੈ ਨਾ ਉੱਥੋਂ ਮਾਰਿਆ ਮੇਰੀ ਜ਼ਮਾਨਤ ਨਹੀਂ ਮਾਰਿਆ ਮਾਰਨ ਨੂੰ ਦੇਣਾ ਮੈਂ ਪਾਗਲ ਆ ਸਫਾਈਆਂ ਸਫਾਈਆਂ ਕਰਾਈਆਂ ਹੋਣੀਆਂ ਕੁਛ ਵੀ ਨਹੀਂ ਕੀਤਾ ਨਹੀਂ ਵੈਸਲ ਭਾਈ ਵਿਚਲੀ ਗੱਲ ਨਾ ਪੂਰੀ ਯਾਰ ਉਹ ਇੱਕ ਲਤੀਫਾ ਨਹੀਂ ਹੈੜਾ ਕਿਹੜਾ ਇੱਕ ਬੰਦਾ ਕਿਤੇ ਬਾਹਰ ਦੇ ਮੁਲਕ ਜਾਂਦਾ ਨਾ ਤੇ ਉਹ ਲੜ ਪੈਂਦਾ ਤੇ ਕਿਸੇ ਨੂੰ ਚਪੇੜਾਂ ਚਪੂੜਾ ਮਾਰ ਦਿੰਦਾ ਤੇ ਉੱਥੇ ਦੀ ਗੌਰਮੈਂਟ ਕਹਿੰਦੀ ਵੀ ਇਹਦੀ ਇਹੀ ਸਜ਼ਾ ਜੋ ਇਹਨੇ ਕੀਤਾ ਇਹਨੂੰ ਇਹੀ ਦਿਓ ਇਹਨੂੰ ਬੰਨ੍ਹ ਕੇ ਨਾ ਇਹਨੂੰ ਅੱਧਾ ਘੰਟਾ ਚਪੇੜਾ ਮਾਰੋ ਉਹ ਕਹਿੰਦੇ ਚਲੋ ਜੀ ਆ ਜਾਓ ਜੀ ਉਹ ਲੈ ਜਾਂਦੇ ਥਾਣੇ ਉਹ ਜਾ ਰਹੇ ਹੁੰਦੇ ਰਸਤੇ 'ਚ ਨਾ ਇੱਕ ਹੋਰ ਪੁਲਿਸ ਵਾਲਾ ਨਾ ਉਹਨੇ ਕਤਲ ਦਾ ਮੁਲਜ਼ਮ ਫੜਿਆ ਦਾ ਜਿਹਦੀ ਧੌਣ ਲਾਉਣੀ ਹੁੰਦੀ ਉਹਨੇ ਜਨਾਬ ਜੀ ਉਹਦੀ ਸੰਗਲੀ ਫੜਾਉਂਦਾ ਕਹਿੰਦਾ ਯਾਰ ਕਿੱਧਰ ਚੱਲਾਂ ਕਹਿੰਦਾ ਮੈਂ ਜੇਲ੍ਹ 'ਚ ਕਹਿੰਦਾ ਯਾਰ ਆ ਵੀ ਲੈ ਜੀ ਨਾਲ ਦੋ ਮੁਲਜ਼ਮ ਧੌਣ ਲਾਉਣ ਵਾਲੇ ਉਹ ਤਿੰਨ ਹੋ ਜਾਂਦੇ ਆ ਅਤੇ ਹੁਣ ਅੱਗੇ ਜਾਂਦਾ ਤਾਂ ਇੱਕ ਹੋਰ ਜਾਣਾ ਇੱਕ ਜਾਣੇ ਦੀ ਫੜਾ ਦਿੰਦਾ ਸੰਗਲੀ ਕਹਿੰਦਾ ਯਾਰ ਇਹਨੂੰ ਵੀ ਲੈ ਜੀ ਉੱਧਰ ਜੇਲ੍ਹ 'ਚ ਇਹਨਾਂ ਦੀ ਧੌਣ ਲਾਉਣੀ ਫਾਂਸੀ ਉਹ ਜਾਂਦਿਆਂ ਜਾਂਦਿਆਂ ਨਾ ਕੋ 20-25 ਫਾਂਸੀ ਵਾਲੇ ਅਤੇ ਉਹ ਕਰੈਕਟਰ ਵਿੱਚ ਰਲ ਜਾਂਦਾ ਚੰਡਾਲ ਹੁਣ ਉੱਥੇ ਜਾ ਕੇ ਉਹ ਲੈਣ ਬਣਾ ਦਿੰਦੇ ਉਹਨੂੰ ਚਲੋ ਵੀ ਇੱਕ ਅੱਗੇ ਆਉਂਦਾ ਧੌਣ ਠਾ ਤੂੰ ਉਹ ਹੁਣ ਹੌਲੀ ਹੌਲੀ ਅੱਗੇ ਵੀ ਜਾਈ ਜਾਂਦਾ ਤੂੰ ਕਹਿੰਦਾ ਯਾਰ ਇਹਨੇ ਮੇਰੀ ਤਾਂ ਸਜ਼ਾ ਹੀ ਨਹੀਂ ਗਈ ਹੈ ਅਤੇ ਅੱਗੇ ਵੀ ਆਈ ਜਾ ਰਿਹਾ ਹੁਣ ਜਿਉਂ ਜਿਉਂ ਲੱਗ ਆਈ ਜਾ ਰਿਹਾ ਨਾ ਅਤੇ ਦੇਖਦਾ ਕਿ ਉੱਧਰ ਇੱਕ ਪੁਲਿਸ ਵਾਲਾ ਖੜਿਆ ਅਤੇ ਮਾਸੂਮ ਜਿਹਾ ਬਣ ਕੇ ਨਾ ਉਹਦੇ ਕੋਲ ਜਾ ਕੇ ਕਹਿੰਦਾ ਸਰ ਉਹ ਕਹਿੰਦਾ ਹਾਂਜੀ ਕਹਿੰਦਾ ਮੇਰਾ ਯਾਦ ਨਾ ਮੈਨੂੰ ਤੁਸੀਂ ਚਪੇੜਾਂ ਮਾਰਨੀ ਹੈ ਚਲੋ ਖੈਰ ਉਸਤਾਦ ਜੀ ਇਹ ਬਹੁਤ ਅੱਛਾ ਯਾਨੀ ਕਿ ਮੈਂ ਸੁਣਿਆ ਸੀਗਾ ਅਤੇ ਉਹ ਗੱਲ ਆ ਕਿ ਉਹ ਘਰੋਂ ਨਿਕਲਿਆ ਅਤੇ ਬੋਤਲਾਂ ਲੈਣ ਗਿਆ ਅਤੇ ਬੋਤਲਾਂ ਵਾਲਿਆਂ ਨੇ ਕਿਹਾ ਕਿ ਮੈਂ ਵੀ ਨਾਲ ਚੱਲਦਾ ਅੱਗੋਂ ਪੁਲਿਸ ਨੇ ਰੋਕਿਆ ਪੁਲਿਸ ਵਾਲਿਆਂ ਨੇ ਕਿਹਾ ਅਸੀਂ ਵੀ ਨਾਲ ਚੱਲਦੇ ਹਾਂ ਅਤੇ ਹੁਣ ਉਹ ਫੈਸਲ ਸਾਹਿਬ ਵਿੱਚ ਰਲ ਗਏ ਨੇ ਇਹਨੇ ਜਾ ਕੇ ਆਈ ਸਾਹਿਬ ਆਈ ਸਾਹਿਬ ਮੇਰਾ ਯਾਦ ਆ ਨਾ ਮੈਂ ਉਹ ਹਾਂ ਨਹੀਂ ਨਹੀਂ ਉਸਤਾਦ ਜੀ ਫਿਰ ਨਾ ਕੀ ਹੋਇਆ ਮੈਂ ਕਿਹਾ ਯਾਰ ਵੇਖ ਹਾਜੀ ਹਾਜੀ ਉਹਨੇ ਮੈਨੂੰ ਫੋਨ ਕਰੇ ਕਹਿੰਦਾ ਯਾਰ ਤੂੰ ਪਾਗਲ ਤੂੰ ਸਾਰਾ ਕੁਛ ਮੇਰੇ ਵਾਲੀ ਲੈ ਤੂੰ ਉੱਥੇ ਮੈਨੂੰ ਫੋਨ ਕਰਕੇ ਆਈ ਸਾਹਿਬ ਮਸਲਾ ਮੈਂ ਫੋਨ ਕਰਾਂ ਮੈਂ ਖੈਰ ਆਪਣੇ ਘਰ ਆ ਗਿਆ ਸਾਹਿਬ ਜੀ ਮੈਂ ਕਿਹਾ ਹੁਣ ਮੈਂ ਨਾ ਫੋਨ ਬੰਦ ਕਰਤਾ ਸਾਹਿਬ ਜੀ ਅੱਛਾ ਜੀ ਮੈਂ ਫੋਨ ਬੰਦ ਕਰਤਾ ਮੈਂ ਕਿਹਾ ਮੈਂ ਹੁਣ ਕਿਸੇ ਦਾ ਫੋਨ ਨਹੀਂ ਸੁਣਨਾ ਲੇਕਿਨ ਸਾਹਿਬ ਅੰਦਰੋਂ ਇੱਕ ਚਾਹਤ ਹੁੰਦੀ ਸੀ ਨਾ ਸਿਮਰਨ ਨਾਲੋਂ ਮੈਨੂੰ ਖਿੱਚ ਪਈ ਸਿਮਰਨ ਤੇ ਕਿਤੇ ਰਹਿ ਗਈ ਹੁਣ ਤੇ ਤੇਰਾ ਗੁਹਾਰ ਜੀ ਦੇ ਨਾਲ ਚੱਕਰ ਚੱਲ ਪਿਆ ਹਾਜੀ ਨਾਲ ਨਹੀਂ ਚੱਕਰ ਸਾਹਿਬ ਜੀ ਉਹ ਮੈਂ ਨਾ ਸਾਹਿਬ ਜੀ ਬੰਦ ਹੁਣ ਮੈਂ ਕਿਹਾ ਤੂੰ ਤੂੰ ਹਾਜੀ ਨੂੰ ਸਹੁਰਾ ਬਣਾਉਂਦੇ ਚੱਕਰ ਚ ਮੈਨੂੰ ਲੱਗਦਾ ਵਾ ਤੂੰ ਸਿਮਰਨ ਦੀ ਅੰਮੀ ਮੰਨ ਜਾਣਾ ਉਸਤਾਦ ਜੀ ਦੋ ਦਿਨ ਮੈਂ ਦੋ ਤਿੰਨ ਦਿਨ ਨਾ ਫੋਨ ਬੰਦ ਰੱਖਿਆ ਮੈਂ ਕਿਹਾ ਯਾਰ ਨਹੀਂ ਚਲਾਉਣਾ ਯਾਰ ਆਈ ਸਾਹਿਬ ਨੇ ਖਿਆਲ ਹੀ ਨਹੀਂ ਕੀਤਾ ਹੈਗਾ ਫਿਰ ਅੰਦਰੋਂ ਉਹਨੇ ਖਿੱਚ ਪਈ ਮੈਂ ਕਹਿੰਦਾ ਯਾਰ ਮੇਰੀ ਮੁਹੱਬਤ ਉੱਤੇ ਸਿਮਰਨ ਭਾਈ ਸਾਹਿਬ ਫਿਰ ਮੈਂ ਨਾ ਫੋਨ ਔਨ ਕੀਤਾ ਅੱਛਾ ਜੀ ਅਤੇ ਮੈਂ ਹਜੇ ਔਨ ਕੀਤਾ ਤੇ ਆਈ ਸਾਹਿਬ ਦੀ ਕਾਲ ਮੈਂ ਕਿਹਾ ਹਾਂਜੀ ਕਹਿੰਦੇ ਕਿੱਥੇ ਮੈਂ ਕਿਹਾ ਘਰ ਕਹਿੰਦੇ ਇੱਧਰ ਮੇਰੇ ਅੱਲਾ ਹਾਂਜੀ ਯਾਰ ਫੈਸਲ ਆਰਾਮ ਨਾਲ ਬਹਿ ਜਾ ਤੂੰ ਫਾਰਮੂਲਾ ਹੀ ਲਾ ਲਿਆ ਹਾਂਜੀ ਤੇਰੇ ਤੇ ਹੀ ਆ ਸਿਰਫ ਵੀਡੀਓ ਗੇਮ ਦਾ ਹਾਜੀ ਹੈ ਨਹੀਂ ਨਹੀਂ ਤੈਨੂੰ ਫੋਨ ਕਰਕੇ ਕਹਿਣਾ ਤੂੰ ਕਹਿਣਾ ਹੈਲੋ ਉਹਨੇ ਕਹਿਣਾ ਸਮਝ ਤੇ ਗਿਆ ਹੀ ਹੁਣ ਤੂੰ ਬਸ ਐਕਸਚੇਂਜ ਵਾਲੇ ਸੋਚਣ ਦੇ ਅੱਜ ਹਾਜੀ ਦਾ ਨਹੀਂ ਫੈਸਲ ਨੂੰ ਫੋਨ ਜਾਣ ਦੇ ਨਹੀਂ ਪਤਾ ਕੀ ਮੈਂ ਅੰਮੀ ਮੇਰੇ ਕਹਿੰਦੇ ਨਹੀਂ ਜਾਣਾ ਤੂੰ ਅੱਛਾ ਜੀ ਬਸ ਮੈਂ ਹੁਣ ਨਹੀਂ ਗਿਆ ਫਿਰ ਮੈਂ ਕਿਹਾ ਨਹੀਂ ਅੰਮੀ ਨੂੰ ਮੈਂ ਦੱਸਣਾ ਤਾਂ ਹੈਗਾ ਨਾ ਉਧਰੋਂ ਆਈ ਸਾਹਿਬ ਨੇ ਬੁਲਾਇਆ ਮੈਂ ਉਸਤਾਦ ਜੀ ਜਦੋਂ ਮੈਂ ਉੱਧਰ ਗਿਆ ਵਾਂ ਤੇ ਉਹਨਾਂ ਘਰ ਤਾਲੇ ਲੱਗੇ ਆਈ ਸਾਹਿਬ ਵੱਲ ਤਾਲੇ ਲੱਗੇ ਨੇ ਕੋਈ ਵੀ ਨਹੀਂ ਮੈਂ ਪਰੇਸ਼ਾਨ ਮੈਂ ਪੁੱਛਿਆ ਨਾਲ ਦੇ ਉਹਨੂੰ ਵੀ ਕਿੱਧਰ ਗਏ ਨੇ ਉਹ ਕਹਿੰਦੇ ਜੀ ਇਹਨਾਂ ਦਾ ਨਾ ਭਰਾਵਾਂ ਭਰਾਵਾਂ ਦਾ ਆਪਸ ਦੇ ਵਿੱਚ ਕੋਈ ਫੈਕਟਰੀ ਦੇ ਵਿੱਚ ਰੋਲਾ ਰੂਲਾ ਪੈ ਗਿਆ ਤੇ ਭਰਾਵਾਂ ਨੇ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਿਆ ਹਾਂਜੀ ਸਾਹਿਬ ਦੀ ਹਾਈ ਸਾਹਿਬ ਦੇ ਮੈਂ ਕਿਹਾ ਹਾਈ ਸਾਹਿਬ ਤੇ ਸਿਮਰਨ ਕਹਿੰਦੇ ਉਹਨਾਂ ਦਾ ਨਹੀਂ ਪਤਾ ਹੋਏ 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 ਮੈਂ ਬੜਾ ਪਰੇਸ਼ਾਨ ਸਾਈ ਮੈਂ
ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਲੱਭੇ ਖੈਰ ਮੈਂ ਘਰ ਆ ਗਿਆ ਸਿਮਰਨ ਭਾਂ ਵਿਆਹ ਤੇ ਹੋਇਆ ਜੀ ਮੈਂ ਉਹੀ ਪਰੇਸ਼ਾਨੀ ਸੀ ਨਹੀਂ ਸ਼ਾਦੀ ਨਹੀਂ ਸੀ ਕੀਤੀ ਉਹ ਮਾਈ ਰਿਸ਼ਤਿਆਂ ਲਈ ਕੋ ਜਾਣਾ ਸੀ ਉਹ ਨਹੀਂ ਉਧਰ ਵੀ ਨਹੀਂ ਮੈਂ ਫਿਰ ਸਹੀ ਮੈਂ ਨਾ ਘਰ ਆ ਗਿਆ ਤੇ ਅੰਮੀ ਮੈਨੂੰ ਕਹਿੰਦੇ ਕਿ ਬੇਟਾ ਮੈਂ ਤੈਨੂੰ ਸਿਰਫ ਇਹੀ ਸਮਝਾਵਾਂਗੀ ਬਸ ਮਿਹਨਤ ਕਰ ਕੰਮ ਵਾਲੇ ਪਾਸੇ ਤਵੱਜੋ ਦੇ ਆਪਣੀ ਹਾਜੀ ਮਰਿਆ ਨੀ ਹੈਗਾ ਹਾਜੀ ਸ਼ਹਿਰ ਛੱਡ ਕੇ ਕਿਤੇ ਚਲਾ ਗਿਆ ਜਾਂ ਬਿਜ਼ਨਸ ਹੋਰ ਨਹੀਂ 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 ਹਾਜੀ ਅਗਰ ਜ਼ਿੰਦਾ ਹੁੰਦਾ ਜਦੋਂ ਇਹ ਘਰ ਗਿਆ ਨਾ ਇਹਨੂੰ ਜਾਂਦਿਆਂ ਫੋਨ ਆਉਣਾ ਸੀ ਕਿ ਕਿੱਥੇ ਲੇਕਿਨ ਭਾਈ ਨੇ ਮੇਰੇ ਸਾਹਮਣੇ ਜੇ ਨਹੀਂ ਆਇਆ ਤਾਂ ਮਤਲਬ ਆ ਕਿ ਦੁਨੀਆ ਤੇ ਹੈ ਨਹੀਂ ਜਾਂ ਉਹਦਾ ਸੈੱਟ ਡਿੱਗ ਪਿਆ ਨਹੀਂ ਜੋ ਉਹ ਫੋਨ ਉਹਨੇ ਕਰਨਾ ਹੀ ਕਰਨਾ ਸੀ ਜਿਹੜਾ ਇਹਨੇ ਆਪਣੀ ਅੰਮੀ ਨਾਲ ਵੀ ਗੱਲ ਕਰ ਲਈ ਇੰਨੀ ਦੇਰ 'ਚ ਫੋਨ ਨਹੀਂ ਆਇਆ ਹਾਜੀ ਦੁਨੀਆ ਤੇ ਨਹੀਂ ਦੇਖ ਲੈਣਾ ਅੱਗੋਂ ਤੁਸੀਂ ਗੱਲ ਕਰ ਹਾਂਜੀ ਨਹੀਂ ਨਹੀਂ ਉਸਤਾਦ ਜੀ ਫਿਰ ਅੰਮੀ ਮੇਰੀ ਨੇ ਮੈਨੂੰ ਸਮਝਾਇਆ ਕਿ ਬੇਟਾ ਤੂੰ ਹੁਣ ਕੰਮ ਕਰ ਮਿਹਨਤ ਕਰ ਖੈਰ ਮੈਂ ਉਸਤਾਦ ਜੀ ਆਪਣੇ ਹੁਣ ਡਰਾਮੇ ਸ਼ੁਰੂ ਕਰਤੇ ਘਰ ਦੇ ਵਿੱਚ ਨਹੀਂ ਨਹੀਂ ਘਰ ਲਿਆ ਉਹਨਾਂ ਨੇ ਫਿਰ ਮਨਰਵਾ ਦੇ ਵਿੱਚ ਸ਼ਬਨਮ ਦੇ ਵਿੱਚ ਨਾਜ਼ ਦੇ ਵਿੱਚ ਸ਼ਹਿਰੋਂ ਬਾਹਰ ਪੂਰੇ ਹਰ ਪਾਸੇ ਫੈਸਲ ਫੈਸਲ ਹੋਣ ਲਈ ਪੋਸਟਰ ਲੱਗ ਰਹੇ ਨੇ ਮਿਹਨਤ ਜਾਰੀ ਹੈ ਮੇਰੀ ਤੇ ਹਾਜੀ ਉਸ ਦੌਰਾਨ ਹਾਜੀ ਉਸ ਨਹੀਂ ਕਿਤੇ ਜਿਹੜਾ ਡਰਾਮੇ ਸਭ ਤੋਂ ਅੱਗੇ ਬੈਠਾ ਹੁੰਦਾ ਦਾੜੀ ਜੀ ਵਾਲਾ ਗੁੰਡੇ ਮਾਰੇ ਵਾਲਾ ਆਹੋ ਨਹੀਂ ਨਹੀਂ ਸਾਜੀ ਨਰਗਸ ਦੇ ਅੱਗੇ ਨੱਚਿਆ ਆਹੋ ਉਹ ਤਾਂ ਨਹੀਂ ਹਾਜੀ ਉਹ ਨਹੀਂ ਉਸਤਾਦ ਜੀ ਤੁਸੀਂ ਕਿਉਂ ਇਹ ਨਹੀਂ ਕਹਿੰਦੇ ਅੱਛਾ ਤੁਸੀਂ ਇਹਨੀ ਕੇ ਭੁੱਲ ਗਏ ਮੈਂ ਭੁੱਲ ਨਹੀਂ ਗਿਆ ਮੈਂ ਆਪਣੀ ਮਿਹਨਤ ਜਾਰੀ ਰੱਖੀ ਲੇਕਿਨ ਮੈਂ ਜਿੱਥੇ ਜਾਂਦਾ ਸੀ ਮੈਂ ਉਹਨਾਂ ਨੂੰ ਲੱਭਦਾ ਸੀਗਾ ਹਾਂ ਹਾਂ ਪਾਗਲਾਂ ਤਰ੍ਹਾਂ ਮੈਂ ਲੱਭ ਰਿਹਾ ਲੇਕਿਨ ਮੈਨੂੰ ਨਹੀਂ ਮਿਲੇ ਲਹਾਈ ਸਾਹਿਬ ਵੀ ਨਹੀਂ ਮਿਲੇ ਨਾ ਮੈਨੂੰ ਸਿਮਰਨ ਮਿਲੇ ਤੇ ਥੀਏਟਰ ਲਾਈਨ 'ਚ ਕਿੰਨੀ ਕੁ ਤੁਸੀਂ ਤਰੱਕੀ ਕਰ ਲਈ ਥੀਏਟਰ ਲਾਈਨ ਦੇ ਵਿੱਚ ਮੈਂ ਉੱਥੋਂ ਬੜੀ ਸਟਰਗਲ ਕੀਤੀ ਫਿਰ ਮੈਂ ਉੱਥੋਂ ਟੀਵੀ ਤੇ ਚਲਾ ਗਿਆ ਮੇਰਾ ਮਾਸ਼ਾਅੱਲਾ ਲਓ ਜੀ ਮੈਂ ਇਹ ਸਟੋਰੀ ਸਮਝ ਗਿਆ ਕਿਹੜੀ ਮੈਂ ਸਟੋਰੀ ਸਮਝ ਗਿਆ ਇਹ ਸਟੋਰੀ ਕੀ ਹੋ ਰਹੀ ਆ ਮੈਂ ਕਿਉਂ ਚੋਪਾਂ ਕਿ ਵਾਹਦ ਸਿਮਰਨ ਵਾਲੀ ਸਟੋਰੀ ਆ ਜਿਹਦੇ 'ਚ ਇਹਨੂੰ ਸ਼ੋਅ ਤੋਂ ਪਹਿਲੇ ਘੰਟਾ ਮਿਹਨਤ ਕਰਨੀ ਪੈਂਦੀ ਹੈ ਬਾਕੀ ਆਰਾਮ ਨਾਲ ਕੇ ਬਹਿ ਜਾਂਦਾ ਇਹਨੇ ਸੋਚਿਆ ਗਿਆ ਤਾਂ ਸਿਆਪਾ ਮਕਾਓ ਅੱਜ ਹਾਜੀ ਵਾਇੰਡ ਅਪ ਕਰ ਇਹ ਕਰ ਰਿਹਾ ਵਾਇੰਡ ਅਪ ਤਾਂ ਕਿ ਅੱਗੇ ਤੋਂ ਮੈਨੂੰ ਉਸਤਾਦ ਇਹ ਨਾ ਕਹੇ ਕਿ ਸਿਮਰਨ ਵਾਲੀ ਸਟੋਰੀ ਬਣਾ ਤੇ ਮੈਨੂੰ ਘੰਟਾ ਲੱਗਾ ਮੈਂ ਮਿਹਨਤ ਜਵਾਨਾਂ ਦੀ ਮੌਤ ਆ ਲੇਕਿਨ ਉਹਨੇ ਕੈਸਾ ਵੀ ਅੱਗੋਂ ਇੱਕਦਮ ਕੈਸਾ ਵਾਇੰਡ ਅਪ ਪਾ ਰਿਹਾ ਵਿੱਚ ਉਧਰੋਂ ਹੋ ਗਿਆ ਅੱਜ ਹੀ ਗੈਪ ਹੋ ਗਿਆ ਮੈਂ ਥੀਏਟਰ ਸ਼ੁਰੂ ਕਰ ਲਿਆ ਮੈਂ ਬੜਾ ਲੱਭਿਆ ਅੱਜ ਹੀ ਲੱਭਿਆ ਨਹੀਂ ਫਿਰ ਇਸ ਤਰ੍ਹਾਂ ਤਾਂ ਮੇਰਾ ਕਿਤੇ ਹੋਰ ਵਿਆਹ ਹੋ ਗਿਆ ਤੇ ਉਸਤਾਦ ਜੀ ਬਸ ਅੱਲਾ ਕੋਲ ਨਹੀਂ ਨਹੀਂ ਉਸਤਾਦ ਜੀ ਉਹ ਨਹੀਂ ਗੱਲ ਮੈਂ ਮੁੱਕਣ ਨਹੀਂ ਮੈਂ ਦੇਣੀ ਅੱਜ ਹੀ ਲਿਆ ਹਾਜੀ ਪਾ ਵਿੱਚ ਹਾਜੀ ਨਹੀਂ ਆਂਦਾ ਜੀ ਆਂਦਾ ਹਾਜੀ ਸਟੋਰੀ 'ਚ ਪਾ ਸਿਮਰਨ ਵੀ ਲੈ ਗਿਆ ਨਹੀਂ ਤੇ ਉਹਦੀ ਘੱਟ ਤੋਂ ਘੱਟ ਕਾਲ ਤੇ ਆਵੇ ਪਤਾ ਕੀ ਯਾਰ ਮੇਰੀ ਗੱਲ ਸੁਣੇਗਾ ਸਾਨੂੰ ਅੱਜ ਹੀ ਪਿੱਛੇ ਲਾ ਕੇ ਤੇ ਮਾਈ ਨੀਂਦ ਸੁਣ ਆਹੋ ਉਹ ਮੈਂ ਹੁਣ ਉਸਤਾਦ ਜੀ ਉੱਥੇ ਮਾਸ਼ਾਅੱਲਾ ਮੇਰਾ ਹੁਣ ਡਰਾਮਿਆਂ 'ਚ ਮਾਹੌਲ ਬਣ ਗਿਆ ਹੁਣ ਮੇਰਾ ਵੱਡੇ ਵੱਡੇ ਐਕਟਰਾਂ ਨਾਲ ਸੈਟਅਪ ਸੂਟਅਪ ਸਿੱਧਾ ਬਦਰਾ ਹੋ ਗਿਆ ਮਾਸ਼ਾਅੱਲਾ ਅੱਲਾ ਨੇ ਗੱਡੀ ਵੀ ਦੇ ਦਿੱਤੀ ਐਫ ਐਕਸ ਲੈ ਲਈ ਸੀਗੀ ਉਸ ਦੌਰ ਦੇ ਵਿੱਚ ਮੈਂ ਸਾਬਰਦਾਨੀ ਆਹੋ ਸਭ ਕੁਛ ਠੀਕ ਹੋ ਗਿਆ ਮੈਂ ਇਧਰੋਂ ਮੇਰੀ ਨਾ ਇੱਕ ਮਿੰਟ ਨਹੀਂ ਯਾਰ ਮੈਨੂੰ ਚੈਨ ਨਹੀਂ ਸੀ ਆਉਂਦਾ ਕਿ ਮੈਂ ਦੁਆਵਾਂ ਕਰ ਦਊਂ ਯਾਰ ਇਹ ਗੱਲ ਬਹੁਤ ਹੀ ਯਾਦ ਹਾਜੀ ਦੀ ਆ ਰਹੀ ਸੀ ਕਿ ਸਿਮਰਨ ਦੀ ਦੋਵਾਂ ਦੀ ਨਹੀਂ 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 ਇੱਕ ਦਾ ਸਿਮਰਨ ਦੀ ਸਾਡੀ ਅਗਰ ਤੈਨੂੰ ਕੋਈ ਬੰਦਾ ਕਹੇ ਭਾਈ ਦੋਵਾਂ 'ਚੋਂ ਇੱਕ ਤੈਨੂੰ ਅਸੀਂ ਮਿਲਾ ਦਿੰਦੇ ਕਿਹਨੂੰ ਮਿਲਣਾ ਸੀ ਸਿਮਰਨ ਨੂੰ ਤੇ ਪਿਛਲੇ ਤੇ ਤੂੰ 36 ਸ਼ੋਅ ਜਿਹੜੇ ਹਾਜੀ ਦੇ ਨਾਲ ਗੁਜ਼ਾਰੇ ਭਾਈ ਸਾਹਿਬ ਮੇਰੇ ਬਜ਼ੁਰਗ ਸਨ ਸੁਸਰ ਫਦਰ ਸੁਣੋ ਸਿਮਰਨ ਨੇ ਕਿਹਾ ਕਿ ਜੈਸੇ ਬਾਬਾ ਨੇ ਕਹਿਣਾ ਵੈਸੇ ਕਰਨਾ ਸਿਮਰਨ ਨੇ ਤੇ ਤੈਨੂੰ 30 ਸ਼ੋਅਾਂ 'ਚ ਮੂੰਹ ਨਹੀਂ ਲਾਇਆ ਲੇਕਿਨ ਉਹ ਅਸਲ ਸਿਮਰਨ ਦੀ ਵਜ੍ਹਾ ਤੋਂ ਭਾਈ ਸਾਹਿਬ ਦੀ ਗੱਲ ਮੰਨਦਾ ਰਿਹਾ ਉਹ ਜਾਂਦਾ ਵੀ ਕੌਣ ਦੋਵੇਂ ਪਿਓ ਤੇ ਗੇੜਾ ਕਰ ਰਹੇ ਸੀ ਤੇ ਨਾ ਉਹਨੇ ਕਿਹਾ ਸੀ ਪੁੱਤਰ ਇਹ ਲਾਈ ਲੱਗ ਟਾਈਪ ਕਰੈਕਟਰ ਆ ਤੂੰ ਇਹਨੂੰ ਇੱਧਰ ਲਾਈ ਰੱਖ ਤੇ ਮੈਂ ਤੇ ਕੋ ਸਾਰੇ ਕੰਮ ਕਰਾਉਣਾ ਮੁਫਤ ਦਾ ਨੌਕਰ ਬਣਾ ਮੁਫਤ ਦਾ ਨੌਕਰ ਉਹ ਨਹੀਂ ਨੌਕਰ ਨਹੀਂ ਬਣਾਇਆ ਉਸਤਾਦ ਜੀ ਫਿਰ ਮੈਂ ਨਾ ਇੱਕ ਡਰਾਮਾ ਕਰਨੀਆਂ ਜੜਾਂ ਵਾਲੇ ਅੱਛਾ ਅਲਿਆਸ ਭੱਟ ਸਾਹਿਬ ਦਾ ਡਰਾਮਾ ਸੀ ਪ੍ਰੋਡਿਊਸਰ ਸੀ ਬੜਾ ਵੱਡਾ ਯਾਨੀ ਕੁਝ ਉਹ ਚ ਗਾਣੇ ਵੀ ਹੁੰਦੇ ਸੀ ਗਾਣੇ ਆਹੋ ਸਭ ਕੁਝ ਉਹ ਗਾਣਾ ਪਹਿਲਾਂ ਜਦੋਂ ਦੇਖਿਆ ਨੇ ਕਿ ਸਿਮਰਨ ਅੱਛਾ ਤੁਸੀਂ ਨਾ ਸਟੋਰੀ ਜਾਂ ਤੇ ਆਪ ਬਣਾ ਲਈ ਜਾਂ ਉਹਦੀ ਖਰਾਬ ਕਰਨੀ ਉਹ ਨਾ ਉੱਥੇ ਮਿਲੀ ਹੋਣੀ ਕਿਤੇ ਵੇਖ ਲਈ ਉਹ ਮੈਨੂੰ ਸਿਮਰਨ ਦਾ ਸ਼ੁਰੂ ਤੋਂ ਕਰੈਕਟਰ ਇਦਾਂ ਦਾ ਲੱਗ ਰਿਹਾ ਸੀ ਹੋਰ ਵਟਸਐਪ ਉੱਥੇ ਕਹਿੰਦੇ ਸਾਡੇ ਪ੍ਰੋਡਿਊਸਰ ਜੀ ਕਹਿੰਦੇ ਯਾਰ ਫੈਸਲ ਕੀ ਗੱਲ ਤੂੰ ਬੜਾ ਪਰੇਸ਼ਾਨ ਹੈ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਵਟਸਐਪ ਮੈਂ ਨਾ ਇਸ ਵਜ੍ਹਾ ਤੋਂ ਮੇਰੀ ਮੁਹੱਬਤ ਹੀ ਉਹ ਕਹਿੰਦੇ ਯਾਰ ਕੋਈ ਗੱਲ ਨਹੀਂ ਫਲਾਣੀ ਜਗ੍ਹਾ ਤੇ ਇੱਕ ਬਾਬਾ ਜੀ ਹੈਗੇ ਨੇ ਉੱਥੇ ਜਾ ਕੇ ਨਾ ਤੂੰ ਦੇਗ ਵੰਡ ਤੇ ਇਨਸ਼ਾਅੱਲਾ ਦੁਆ ਕਰਨ ਕਿਤੇ ਮੁਹੱਬਤ ਮਿਲ ਜਾਏਗੀ ਆਹੋ ਅੱਛਾ ਜੀ ਮੈਂ ਕਿਹਾ ਅੱਛਾ ਜੀ ਉਹ ਮੈਂ ਕਿਹਾ ਰਾਤ ਨੂੰ ਵੰਡਾਂਗੇ ਕਹਿੰਦੇ ਨਹੀਂ ਉਹ ਦਿਨੇ ਹੁੰਦੇ ਨੇ ਜਾਲੀ ਬਾਬੇ ਜਿਹੜੇ ਨੇ ਆਸ਼ਕਾਂ ਨੂੰ ਬਹੁਤ ਸੁਣਨ ਸਹੀ ਗੱਲ ਠੀਕ ਹੈ ਬਹੁਤ ਸਾਰਾ ਨਿਚੋੜ ਨਹੀਂ ਨਹੀਂ ਮੈਂ ਕਿਹਾ ਯਾਰ ਦਿਨੇ ਨਾ ਰਸ਼ ਬਹੁਤ ਲੱਗ ਜਾਂਦਾ ਹੁੰਦਾ ਜਿੱਥੇ ਵੀ ਨਿਕਲਣਾ ਉਹਨਾਂ ਰਸ਼ ਸੈਲਫੀਆਂ ਸੈਲੀਬ੍ਰਿਟੀ ਬਣ ਗਏ ਸੀ ਆਹੋ ਕੌਣ ਮੈਂ ਉਸ ਆਈ ਉਹ ਤੂੰ ਗੱਲ ਸ਼ਬਨਮ ਦੀ ਉਹ ਨਾਲ ਨਰਵਲ ਨਦੀਮ ਅੱਛਾ ਉਹ ਫਿਰ ਸਹੀ ਵੇਖ ਲਓ ਫਿਰ ਸ਼ਬਨਮ ਤੇ ਨਦੀਮ ਸ਼ਬਨਮ ਰੇਟਰ ਦੀ ਗੱਲ ਕਰ ਰਹੇ ਠੀਕ ਹੈ ਉੱਥੋਂ ਮੈਂ ਨਾ ਫਿਰ ਉਸਤਾਦ ਜੀ ਗਿਆ ਉੱਧਰ ਬਾਬਾ ਜੀ ਵੱਲ ਉੱਥੇ ਹੁਣ ਖੱਪ ਪੈਣ ਡੀ ਫੈਸਲ ਸਾਹਿਬ ਆਏ ਫੈਸਲ ਸਾਹਿਬ ਨੇ ਆਪਣੇ ਹੱਥੋਂ ਸੇ ਲੰਗਰ ਤਕਸੀਮ ਕਰੇਗੇ ਨਿਆਜ਼ ਤਸਕੀਮ ਕਰੇਗੇ ਤਸਕੀਮ ਠੀਕ ਉਹ ਲੈਣਾ ਭਾਈ ਲੱਗ ਨਿਆਜ਼ ਤਸਕੀਮ
ਉੱਥੇ ਉਹ ਕਹਿੰਦੇ ਯਾਰ ਇੱਥੇ ਦੁਆਬ ਪੂਰੀ ਯਾਰ ਗਾਂ ਟੋਲੀ ਰੱਖੋ ਗਾਂ ਮੈਂ ਤੋੜਦਾ ਪਿਆ ਵਾ ਯਾਰ ਵਿੱਚ ਉਹ ਕੱਢ ਦੇ ਹੋ ਗੱਲਾਂ ਸਿੱਧੀ ਚਲੋ ਠੀਕ ਅੱਛਾ ਯਾਰ ਠੀਕ ਆ ਉਹ ਮੈਂ ਨਾ ਦੇਖ ਲਈਏ ਠੀਕ ਸਿਰ ਤੇ ਸਾਰਿਆਂ ਨੂੰ ਸਿਰ ਤੇ ਨਹੀਂ ਯਾਰ ਮੈਂ ਦੇ ਹੁਣ ਨਹੀਂ ਇਹਨੇ ਦੂਰ ਪਈ ਦੇਖ ਲਈ ਨਹੀਂ ਯਾਰ ਦੇਖ ਦੇਖ ਕੇ ਆ ਹਾਂ ਇਹਨੇ ਦੇਖ ਲਈ ਇਹਨੇ ਕਿਹਾ ਵੀ ਉਹ ਮੈਂ ਦੇਖ ਰਿਹਾ ਸਾਜੀ ਵੇਖ ਲਓ ਫਿਰ ਅੱਛਾ ਅੱਲਾ ਮਾਫੀ ਦੇ ਮੈਨੂੰ ਗੱਲ ਯਾਦ ਆ ਗਈ ਲਾਹੌਰ ਦਾਤਾ ਸਾਹਿਬ ਨਾ ਉਹਨਾਂ ਦੇ ਨਾਲ ਹੀ ਉਹ ਦੇਗਾਂ ਵਾਲੇ ਬੈਠੇ ਨੇ ਅੱਛਾ ਦੇਗ ਕਿੱਡੀ ਆ ਐਡੀ ਐਡੀ ਕੁ ਦੇਗ ਹੁੰਦੀ ਆ ਹਾਂਡੀ ਟੈਪ ਅਤੇ ਅੰਦਾਜ਼ਾ ਉਹ ਹਾਂਡੀ ਟੈਪ ਅਤੇ ਚੰਗੀ ਮਹਿੰਗੀ ਅਤੇ ਹੁਣ ਪੱਕੀ ਦੇਗ ਤਾਂ ਤੁਸੀਂ ਚੌਲ ਅਤੇ ਉਹ ਤੋਲਣੇ ਨਹੀਂ ਸਹੀ ਗੱਲ ਇਹ ਵੀ 2 ਕਿਲੋ ਵਾਲੀ 4 ਕਿਲੋ ਵਾਲੀ 3 ਕਿਲੋ ਵਾਲੀ 6 ਕਿਲੋ ਵਾਲੀ ਇੱਦਾਂ ਦੇਗ ਹੁਣ ਕਰੈਕਟਰ ਕੀ ਕਰਦੇ ਨੇ ਹੁਣ ਤੁਸੀਂ ਦੇਗ ਤੂੰ ਮਤਲਬ ਦੂਰੋਂ ਆਇਆ ਬਾਵਲਪੁਰੋਂ ਜਾਂ ਕਿਤੋਂ ਵੀ ਜਾਂ ਦੂਜੇ ਮੁਲਕ 'ਚੋਂ ਆਇਆ ਕਿ ਚੱਲ ਯਾਰ ਮੈਂ ਦੇਖਦੇ ਹਾਂ ਨਿਆਸ ਅਤੇ ਤੂੰ ਹੁਣ ਦੇਗ ਲਈ ਆ ਤੂੰ ਵੰਡਣ ਲੱਗ ਪਿਆ ਅਤੇ ਜਿੰਨੇ ਕਰੈਕਟਰ ਨੇ ਉੱਥੇ ਜਿਹੜੇ ਲੈਣ ਆ ਰਹੇ ਨੇ ਉਹ ਸਾਰੇ ਉਹਨਾਂ ਦੇ ਆਪਣੇ ਓਏ ਮੇਰੇ ਮੌਲਾ ਨਾ ਕਰੋ ਯਾਰ ਨਹੀਂ ਨਹੀਂ ਇੱਦਾਂ ਨਹੀਂ ਹੁੰਦਾ ਜੇ ਸ਼ਰਤ ਲਾ ਲਾ ਇੱਦਾਂ ਹੀ ਹੋਵੇ ਤੇ ਨਹੀਂ ਸਾਜੀ ਸਾਰੇ ਨਹੀਂ ਮੈਂ ਕਹਿੰਦਾ ਉਸਤਾਦ ਜੀ ਮੈਂ ਆਪਣੇ ਹੱਥੀ ਦੇਗ ਲਈ ਹੈ ਇੱਕ ਨਾਲ ਮੇਰੇ ਬੰਦਾ ਸੀ ਉਹਨਾਂ ਦੇਗ ਵੰਡਣੀ ਸੀ ਪਤਾ ਨਹੀਂ 800 ਕੁ ਹਜ਼ਾਰ ਰੁਪਈਆ ਉਦੋਂ ਮਤਲਬ 2 ਕਿਲੋ ਵਾਲੀ ਕਿ ਪਤਾ ਨਹੀਂ ਕਿੰਨੇ ਕਿਲੋ ਵਾਲੀ 70 ਦੀ ਗੱਲ ਇੰਨੀ ਕੁ ਅੱਛਾ 71-72 ਵਾਲੀ ਇਹ ਗੱਲ ਨਹੀਂ ਹੁੰਦੀ ਅਤੇ ਉਹ ਇੰਨੀ ਕੁ ਦੇਗ ਅੱਛਾ ਉਹਨੇ ਕਿਹਾ ਲਓ ਲਓ ਅਸੀਂ ਕਿਹਾ ਜੀ ਵੰਡ ਦਿਓ ਅਤੇ ਇੱਕ ਪਰਨੇ ਵਾਲਾ ਟੈਪ ਇੱਕ ਪੈਂਟ ਸ਼ਰਟ ਵਾਲਾ ਯਾਨੀ ਡਿਫਰੈਂਟ ਬਣੇ ਨੇ ਸਾਰੇ ਕਿ ਵੀ ਫੜੇ ਨਾ ਜਾਈਏ ਯਾਰ ਉਹ ਇੱਦਾਂ ਪਏ ਨੇ ਉਹਨੂੰ ਦੇਗ ਨੂੰ ਕਿ ਜਿਵੇਂ ਉਹਨਾਂ ਨੂੰ ਯਾਨੀ ਪਹਿਲੇ ਪਤਾ ਨਹੀਂ ਕੋ ਉੱਥੇ ਆਏ ਕੋ ਉੱਥੇ ਆਏ ਕੋ ਉੱਥੇ ਆ ਅਤੇ ਹੁੰਦਾ ਇੱਦਾਂ ਵਾ ਕਿ ਵੀ ਇੱਕ ਆਇਆ ਫਿਰ ਦੂਜਾ ਆਇਆ ਫਿਰ ਥੋੜ੍ਹੀ ਦੇਰ ਬਾਅਦ ਕਿਸੇ ਨੇ ਵੇਖਿਆ ਇੰਜ ਨਹੀਂ ਉਹ ਮਿਸਟੇਕ ਉਹਨਾਂ ਕੋਈ ਹੋਈ ਕਿ ਉਹ ਇਕੱਠੇ ਆਪਣੀ ਜਗ੍ਹਾ ਤੋਂ ਤੁਰ ਪਏ ਸਾਰੇ ਮਿਸ਼ਨ 'ਤੇ ਮਿਸ਼ਨ 'ਤੇ ਮੈਂ ਹਿਸਾਬ ਲਾਇਆ ਮੈਂ ਕਿਹਾ ਸਾਹ ਜੀ ਇੱਕ ਇਸ ਇਹ ਯਾਨੀ ਕਿ ਇੱਕੋ ਸਪੀਡ 'ਚ ਆ ਕੇ ਚੁਪੜਕਾ ਜਿਹਾ ਇਹਨਾਂ ਨੇ ਮਾਰ ਲਿਆ ਅਤੇ ਉਹ ਜਿਹੜਾ ਵੰਡਣ ਵਾਲਾ ਸੀ ਨਾ ਉਹਨੇ 1, 2, 5, 7 ਨੂੰ ਦਿੱਤੇ ਅਤੇ ਦੇਗ ਮੁੱਕ ਗਈ ਲਓ ਜੀ ਕਹਿੰਦਾ ਅੱਲਾ ਕਬੂਲ ਫਰਮਾਏ ਮੈਂ ਕਿਹਾ ਵੀ ਕਬੂਲ ਅੱਲਾ ਤੱਕ ਤਾਂ ਪਹੁੰਚੀ ਨਹੀਂ ਨਹੀਂ ਇੱਕ ਮਿੰਟ 5-7 ਲੋਕ ਨੇ 1 ਮਿੰਟ 5-7 ਤੁਸੀਂ ਭਾਇਨ ਦਾਤਾ ਸਾਹਿਬ ਜਾਣਾ ਨਹੀਂ ਮੰਨਦਾ ਤੂੰ ਓਏ ਫਰੀਦ ਖਾਨਾ ਤੂੰ ਤੂੰ ਤੈਨੂੰ ਪਤਾ ਹੀ ਨਹੀਂ 20-25-30 ਬੰਦੇ ਉਹਨਾਂ ਦੇ ਆਪਣੇ ਬੰਦੇ ਨੇ ਉਹਨਾਂ ਦੇ ਚੌਲ ਵਾਪਸ ਜਾ ਕੇ ਫਿਰ ਦੇਗ ਚ ਸਾਰੇ ਮੇਰੀ ਗੱਲ ਤੇ ਸੁਣੋ ਮੈਂ ਕੀ ਕਹਿਣਾ ਚਾਹ ਰਿਹਾ 25 ਬੰਦੇ ਜਾਂ 10 ਬੰਦੇ ਵੀ ਲਾ ਲਓ 10 ਬੰਦੇ ਉਹ ਦਿਹਾੜੀ ਦੇ ਹੁਣ ਬੰਦੇ ਇੱਕ ਦੇਗ ਵਾ ਉਸ ਦੇਗ ਨੂੰ ਤੁਸੀਂ 10 ਬੰਦਿਆਂ ਗਾਹਕਾਂ ਨੇ ਲੈ ਲਈ ਪਾਗਲਾਂ ਤੂੰ ਤੂੰ ਦੇਖ ਦਿੱਤੀ ਤੂੰ ਚਲਾ ਗਿਆ ਹੁਣ ਤੂੰ ਉੱਥੇ ਬੈਠੇ ਰਹਿਣਾ ਅਗਲੀ ਦੇਖਦੇ ਨਹੀਂ ਠੀਕ ਹੈ ਮੈਂ ਚਲਾ ਗਿਆ ਮਗਰ ਮੈਂ ਆ ਗਿਆ ਮੈਂ ਵੀ ਦੇਖ ਦਿੱਤੀ ਹਾਂਜੀ ਠੀਕ ਆ ਜੀ ਮਗਰ ਮੈਂ ਚਲਾ ਗਿਆ ਉਹ ਆ ਗਿਆ ਹਾਂਜੀ ਇੱਕ ਦੇਗ ਵਾ ਇੱਕ ਦੇਗ ਨਹੀਂ ਆ ਦੇਗ ਇੱਕ ਨਹੀਂ ਆ ਵੀ ਉਹਨਾਂ ਕੋਈ ਕੋਈ ਦੇਗ ਆ ਮਤਲਬ ਇੱਕ ਦੇਗ ਵੇਚੀ ਉਹਨੇ ਇੱਕ ਦੇਗ ਉਹਨੇ ਵੇਚੀ ਦੇਗਾਂ ਤੇ ਉਹਨਾਂ ਕੋਲ ਹੋਰ ਵੀ ਹੈਗੀਆਂ ਨੇ ਮੈਂ ਉਹੀ ਕਹਿ ਰਿਹਾ ਇਹ ਨਹੀਂ ਵੀ ਇੱਕੋ ਹੀ ਦੇਗ ਆ ਤੇ ਉਹ ਹੀ ਇਕੱਠੀ ਕਰੀ ਜਾਂਦੇ ਆ ਮੈਂ ਕਹਿ ਰਿਹਾ ਇੱਕ ਦੇਗ ਵਿਕ ਗਈ ਇੱਕ ਗਾਹਕ ਕੋਲ ਫਿਰ ਉਹ ਹੀ ਗੇਗ ਦੂਸਰੇ ਗਾਹਕ ਕੋ ਵਿਕ ਗਈ ਨਹੀਂ ਉਹ ਹੀ ਨਹੀਂ ਪਈਆਂ ਨੇ ਉਹ ਹੀ ਨਹੀਂ ਯਾਰ ਮਤਲਬ ਇੱਕ ਬੈਗ ਤੇ ਇੱਕ ਜਗ੍ਹਾ ਹੋਏਗੀ ਨਾ ਜਿੱਥੋਂ ਦੇਗ ਭਰਦੇ ਆ ਉਹ ਚੋਂ ਪੂਰਾ ਕਰੀ ਜਾਂਦੇ ਹੁਣ ਪੂਰਾ ਕਰ ਲਿਆ ਉਹ ਜਿਹੜੇ 10 ਬੰਦੇ ਨੇ ਉਹਨਾਂ ਕਿੰਨੇ ਫੇਰੇ ਲਾਏ ਤੇ ਉਹਨਾਂ ਨੂੰ ਕੀ ਬਚਿਆ ਸਾਰੀ ਦਿਹਾੜੀ ਉਹ ਤੇ ਕੱਖ ਵੀ ਨਹੀਂ ਉਹਨਾਂ ਨੂੰ ਫਾਇਦਾ ਹੀ ਨਹੀਂ ਚੌਲ ਜਿਹੜੇ 4-5 ਵਾਰੀ ਉਹ ਉਲਟ ਕੇ ਤੇ ਬਦਲ ਲੈਣਗੇ ਤੇ ਉਹ ਕਿੰਨੇ ਕਿਤੇ ਚੌਲ 1,000 ਰੁਪਈਆ ਵੀ ਨਹੀਂ ਦਿਹਾੜੀ ਬਣਦੀ ਦਿਮਾਗ ਖਰਾਬ ਆ ਤੇਰਾ ਤੂੰ ਪਾਗਲ ਆ ਤੂੰ ਚੌਲਾਂ ਦੀ ਦੇਗ ਦਿੱਤੀ 1,000 ਰੁਪਏ ਦੀ ਤੂੰ ਗਾਹਕ ਨੂੰ ਦਿੱਤੀ 500 ਤੋਂ ਉੱਚੋਂ ਕਮਾ ਲਿਆ ਠੀਕ ਹੈ ਚੌਲ ਵੀ ਅੱਧੇ ਨਾਲ ਬਹੁਤੇ ਆ ਗਏ ਆ ਗਏ ਹਾਂ ਤੇ ਫਿਰ ਤੇ ਉਹ ਜਿਹੜੇ ਵੇਲੇ ਆ ਕੇ ਦੇਣ ਦੇ ਵਾਪਸ ਉਹਨਾਂ ਨੂੰ ਉਹ 10 ਜਣਿਆਂ ਨੂੰ ਦਿਹਾੜੀ ਯਾਰ ਦਿਹਾੜੀ ਨਹੀਂ ਉਹ ਆਪਣੇ ਬੰਦੇ ਨੇ ਉਹਨਾਂ ਦੇ ਦੁਕਾਨਦਾਰ ਟੈਪ ਮੁਲਾਜ਼ਮ ਟੈਪ ਅੱਛਾ ਜਿਹੜੇ ਆਪਣੇ ਹੀ ਆ ਹਾਂ ਅੱਛਾ ਦਿਹਾੜੀ ਵੀ ਉਹ ਕਿੱਦਾਂ ਦੇ ਨੇ ਦਾਤਾ ਸਾਹਿਬ ਕਿਹੜਾ ਕਿਹੜਾ ਇੱਕ ਟਾਈਮ ਦੀ ਰੋਟੀ ਵਾਸਤੇ ਉਹਦੇ ਕੋਲ ਜਿੰਨਾ ਮਰਜ਼ੀ ਕੰਮ ਕਰਾ ਲਾ ਐਸੇ ਐਸੇ ਵੀ ਅੱਲਾ ਦੇ ਬੰਦੇ ਉੱਤੇ ਫੇਰ ਰਹਿੰਦੇ ਨੇ ਉਹ ਦਰਬਾਰ ਤੇ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦਾ ਘਰ ਬਾਰ ਕੋਈ ਨਹੀਂ ਉੱਥੇ ਰਹਿੰਦੇ ਨੇ ਮਾੜੀ ਜਿਹੀ ਦਿਹਾੜੀ ਕਿਤੇ ਲੱਗੀ ਲੱਗ ਨਹੀਂ ਤੇ ਰਾਤ ਨੂੰ ਆ ਕੇ ਲੰਗਰ ਉੱਥੋਂ ਕਰ ਲਿਆ ਇੱਕ ਨੂੰ ਸਾਜੀ ਸੁਣਿਆ ਕਿ ਪਹਿਲੇ ਇੰਜ ਹੁੰਦਾ ਸੀ ਅੱਛਾ ਇੱਕ ਗੱਲ ਯਾਦ ਰੱਖੀ ਤੂੰ ਜਦੋਂ ਦੇਖ ਤੂੰ ਜਦੋਂ ਚੌਲ ਵੰਡ ਦੇਣੇ ਨਾ ਤੂੰ ਮੈਨੂੰ ਖਾਂਦਾ ਵਾ ਹੋਣਾ ਕੋ ਬੰਦਾ ਜਾ ਜੇ ਤੈਨੂੰ ਨਜ਼ਰ ਆ ਜਾਣ ਕੇ ਗੱਲ ਕਰੀ ਮਤਲਬ ਤੂੰ ਚੌਲ ਲਏ ਨੇ ਤੂੰ ਉੱਥੇ ਖਲੋ ਜਾ ਖਾਣ ਲੱਗ ਪਿਆ ਇੰਜ ਹੁੰਦਾ ਨਾ ਖਾਂਦਾ ਨਹੀਂ ਵੇਖੇਗਾ ਤੂੰ ਉਹ ਵਾਪਸੀ ਜੋ ਆ ਰਹੇ ਹਾਂਜੀ ਇੱਦਾਂ ਦੇ ਕਿੰਨੇ ਹੀ ਉੱਥੇ ਬੋਰਡ ਲੱਗੇ ਪੱਕੀ ਪਕਾਈ ਦੇ ਅੱਗੇ ਪੱਕੀ ਪਕਾਈ ਦੇ ਅੱਗੇ ਚਲੋ ਮੇਰੇ ਕੋਈ 200 ਚੋਂ 5% ਹੋਏਗੀ ਮੈਨੂੰ ਉਹਦੇ ਅੱਛਾ ਇਹਦੇ ਚ ਇੱਕ ਲੌਜੀਕਲੀ ਗਲਤੀ ਆ ਪੱਕੀ ਪਕਾਈ ਦੇ ਅੱਗੇ ਆਰਡਰ ਪੇ ਤਿਆਰ ਕੀ ਜਾਂਦੀ ਹੈ ਦੱਸ ਕੀ ਹੈ ਆ ਵੀ ਆਰਡਰ ਤੇ ਤੁਸੀਂ ਦਿੱਤਾ ਤੇ ਆਰਡਰ ਤੇ ਪੱਕੀ ਪਕਾਈ ਗਈ ਆਰਡਰ ਤੇ ਹੁੰਦਾ ਵੀ ਕੱਚੀ ਹੋ ਜਾਂਦੀ ਹਾਂ ਮੈਂ ਇੱਕ ਬੰਦੇ ਨਾਲ ਲਾਹੌਰ ਬਹਿਸ ਕੀਤੀ ਸੀ ਉਹਦੇ ਲਈ ਅਸੀਂ ਪੱਕੀ ਪਕਾਈ ਦੇ ਅੱਗੇ ਆਰਡਰ ਪੇ ਤਿਆਰ ਕੀ ਜਾਂਦੀ ਮੈਂ ਕਿਹਾ ਫਿਕਰਾ ਹੀ ਨਹੀਂ ਬਣਦਾ ਜਦੋਂ ਪੱਕੀ ਪਕਾਈ ਆ ਤੇ ਫਿਰ ਤਿਆਰ ਕੀ ਹੋਣਾ ਯਾ ਆਰਡਰ ਪੇ ਦੇ ਅੱਗੇ ਤਿਆਰ ਕੀ ਜਾਂਦੀ ਹੈ ਬਸ ਇਹਨਾਂ ਲਿਖਣਾ ਪੱਕੀ ਪਕਾਈ ਦੇ ਅੱਗੇ ਆਰਡਰ ਪੇ ਤਿਆਰ ਕੀ ਜਾਂਦੀ ਹੈ
ਤੇ ਇਹ ਨਹੀਂ ਕਿ ਵੀ ਸਾਰੀ ਲਾਈਨ ਹੀ ਇਦਾਂ ਦੀ ਆ ਵਿੱਚ ਕੋਈ ਚੰਗੇ ਬੰਦੇ ਵੀ ਨੇ ਮਾੜੇ ਵੀ ਨੇ ਹਰ ਜਗ੍ਹਾ ਤੇ ਹੁੰਦੇ ਨੇ ਜ਼ਰੂਰੀ ਨਹੀਂ ਹੋਣੇ ਇਹ ਨਾ ਸਵੇਰੇ ਲੋਕੀ ਕਰ ਲਓ ਜੀ ਸਾਰਿਆਂ ਨੂੰ ਕਹਿਤਾ ਲੇਕਿਨ ਮੈਂ ਜਿਹੜੀ ਆਪਣੇ ਅੱਖੀਂ ਵੇਖੀ ਨਾ ਇੱਕ ਦੁਕਾਨ ਉਹ ਮੈਨੂੰ ਯਾਦ ਆਟੋਗ੍ਰਾਫ ਲੈਣ ਦੇ ਵਿੱਚ ਲੋਕੋ ਫੈਸਲ ਰਾਮੇ ਸਾਹਿਬ ਨੇ ਅੱਜ ਆਪ ਆਪਣੇ ਹੱਥੀ ਲੰਗਰ ਤਕਸੀਮ ਕਰਨਾ ਹੈਗਾ ਮਾਸ਼ਾਅੱਲਾ ਠੀਕ ਹੈ ਉਹ ਸਾਰਿਆਂ ਨੂੰ ਮੈਂ ਉਹਨਾਂ ਨੂੰ ਲੈਣ ਦੇ ਵਿੱਚ ਸਾਰੇ ਮੁੜ ਕੇ ਫੈਸਲ ਰਾਮੇ ਸਾਹਿਬ ਨੇ ਆਪਣੇ ਹੱਥਾਂ ਨਾਲ ਲੰਗਰ ਤਕਸੀਮ ਕਰਨਾ ਠੀਕ ਹੈ ਇੰਨੀ ਗੱਲ ਹੋਈ ਹੈ ਲੋਕੀ ਥੁੱਕਾਂ ਸੁੱਟਦੇ ਪਰਾਂ ਨੂੰ ਚਲ ਗਏ ਕਿ ਨਹੀਂ 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 ਮੈਂ ਚਾਵਲ ਭਾਈ ਆਪਣੇ ਹੱਥਾਂ ਖੁਦ ਵੰਡੇ ਨੇ ਉੱਥੇ ਬਕਾਇਦਾ ਯਾਰ ਐਲਾਨ ਹੋਇਆ ਉਹਦੀ ਵੀ ਗੱਲ ਸੁਣ ਲਓ ਉਹਦੀ ਗਾਰਡ ਵੀ ਸੀ ਤੇਰੇ ਨਾਲ ਆਹੋ ਆ ਝੂਠ ਬੋਲਦੇ ਆ ਗਾਰਡ ਬਟ ਸਾਹਿਬ ਨੇ ਦਿੱਤੇ ਸੀ ਉਹ ਜਾਂਦੋ ਇਹ ਜਦੋਂ ਘਰ ਜਾਂਦਾ ਪੈਰਾਂ ਦਾ ਛਾਪਰ ਫਸੇ ਹੁੰਦੇ ਕਹਿੰਦਾ ਮੇਰੇ ਗਾਰਡ ਵੀ ਸੀ ਤੇ ਇੱਕ ਮਿੰਟ ਠਹਿਰ ਜਾ ਜਿਹੜੇ ਮਾੜੇ ਬੰਦੇ ਪੁਰਾਣੀ ਜੀ ਚਪਲੀ ਪਾ ਕੇ ਰਗੜ ਰਗੜ ਕੇ ਤੁਰਦੇ ਨੇ ਉਹਨਾਂ ਦੇ ਕਾਫੀ ਕੁਛ ਪਾ ਜਾਂਦੇ ਨਾਲੇ ਗਾਰ ਸ਼ਹਿਰਾਂ ਦੇ ਬੰਦੇ ਦੇ ਫਿਰਦੇ ਹੈ ਇਹ ਤੇ ਜਦੋਂ ਗਲੀ ਚੋਂ ਲੰਘੇ ਘਰੀਸਾ ਲੰਘਦਾ ਇਹਨਾਂ ਇਹਦੇ ਗਾਰਡ ਭਲਾ ਕੀ ਗੱਲਾਂ ਕਰਦੇ ਓਏ ਤੂੰ ਢਿੱਡ ਲੈ ਬੰਨਿਓ ਮਾਲਕ ਦਾ ਧਿਆਨ ਰੱਖਣਾ ਹੀ ਓਏ ਇਹਦੇ ਉਹ ਗਾਰਡ ਆ ਇਹ ਫੋਨ ਕਰਦਾ ਵਾ ਕਿ ਗਾਰਡ ਕਿੱਥੇ ਉਹ ਕਹਿੰਦਾ ਜੀ ਮੈਂ ਤੇ ਤੁਹਾਨੂੰ ਪਤਾ ਦੋ ਦਿਨ ਹੋ ਕੇ ਘਰ ਆਇਆ ਇਹਨੇ ਉਹ ਗਾਰਡ ਰੱਖਿਆ ਆਪ ਇਹ ਝਾਲ ਤੇ ਹੁੰਦਾ ਗਾਰਡ ਇਹਦਾ ਅਕਬਰ ਚੌਂਕ ਫਿਰ ਰਿਹਾ ਮੈਂ ਉਹ ਇੱਕ ਬੰਦਾ ਕ੍ਰਿਕਟਰ ਇਹਦਾ ਗਾਰਡ ਮੰਗ ਕੇ ਲੈ ਗਿਆ ਸੀ ਆਹੋ ਯਾਰ ਇਹ ਗਾਰਡ ਇਹਦੇ ਘਰ ਜਿਹੜਾ ਇਹ ਤਾਂ ਲੜਾਈ ਇਹਦੀ ਕਿਤੇ ਹੋਈ ਰਹੀ ਉਹਨੂੰ ਭਾ ਲੈਂਦਾ ਬੰਦੇ ਨੂੰ ਜਦੋਂ ਲੜਾਈ ਤੇ ਕਹਿੰਦਾ ਭਾਵੇਂ ਅੱਧਾ ਘੰਟਾ ਟਾਈਮ ਦੇ ਦਿਓ ਮੇਰੇ ਗਾਰਡ ਆਉਣਾ ਦੇ ਫਿਰ ਲੜਦੇ ਚੌਕਸ ਹੋਈ ਜਾ ਰਿਹਾ ਨਾਲ ਇਹਨੂੰ ਵੀ ਡਰੈਕ ਅੱਛਾ ਇਹ ਵਿਹੜੇ ਚ ਸੌਂਦਾ ਸੀ ਗਾਰਡ ਅੰਦਰ ਬੈਡ ਤੇ ਸੌਂਦਾ ਆਪਣੇ ਗਾਰਡ ਨੂੰ ਕਹਿੰਦਾ ਕਹਿੰਦਾ ਨਾ ਇੰਨੇ ਪੰਗੇ ਲਿਆ ਆਪਣੇ ਗਾਰਡ ਨੂੰ ਇਹਦਾ ਗਾਰਡ ਭਾਈ ਇਹਨੂੰ ਕੁੱਟਣ ਦਿਆ ਕਹਿੰਦਾ ਮੇਰੇ ਮੋਬਾਈਲ ਤੋਂ ਡਿਮਾਂਡ ਤਾਂ ਕਾਹਤੋਂ ਮੰਗਾਇਆ ਅੱਛਾ ਇਹਦੇ ਘਰ ਬੰਦੇ ਆ ਗਏ ਗਾਰਡ ਇਹਨਾਂ ਦੇ ਘਰ ਦੇ ਅੰਦਰ ਜਾ ਕੇ ਲੋਕਾਂ ਦੇ ਬਾਹਰ ਕਹਿ ਰਿਹਾ ਭਾਈ ਮੇਰੇ ਨਾਲ ਗੱਲ ਕਰੋ ਗਾਰਡ ਨੀ ਮੈਂ ਬਾਹਰ ਕਿਹੜਾ ਗਾਰਡ ਆ ਯਾਰ ਉਹਦੀ ਹਿਫਾਜ਼ਤ ਗਾਰਡ ਨੂੰ ਹਾਲ ਕਰ ਰਹੇ ਗਾਰਡ ਨੂੰ ਕਹਿਣ ਦੇ ਆਪਣਾ ਸ਼ਰਾਰਤੀ ਕੱਢ ਦੇ ਮੈਂ ਆਟਾ ਲਿਆਉਣਾ ਅੱਛਾ ਮੈਂ ਤੁਹਾਡੇ ਗਾਣੇ 'ਚ ਬੋਲਿਆ ਸਿਮਰਨ ਤੇ ਆਣਾ ਤੂੰ ਕਿਤੇ ਤਾਂ ਜੀ ਦੱਬੇ ਨੂੰ ਸੁਣੋਗੇ ਤਾਂ ਫੇਰ ਹੀ ਯਾਰ ਅੱਛਾ ਉੱਥੇ ਭਾਈ ਅਨਾਉਂਸਮੈਂਟ ਹੋ ਗਈ ਕਿ ਫੈਸਲ ਰਾਮੇ ਸਾਹਿਬ ਨੇ ਖੁਦ ਚੌਲ ਵੰਡਣੇ ਨੇ ਲੈਣ ਦੇ ਵਿੱਚ ਰੁਕੋ ਠੀਕ ਹੈ ਮੈਂ ਭਾਈ ਉਹ ਸਾਰੇ ਲੈਣ ਦੇ ਵਿੱਚ ਬੈਠੇ ਮੈਂ ਚਾਵਲ ਵਰਤਾਣੇ ਆ ਸਾਰਿਆਂ ਨੂੰ ਤੇ ਇੱਕ ਭਾਈ ਮੇਰਾ ਧਿਆਨ ਪਿਆ ਉਸਤਾਦ ਜੀ ਇੱਕ ਬੰਦੇ ਨੇ ਨਾ ਸਫੈਦ ਸੂਟ ਪਾਇਆ ਤੇ ਕਾਲੀ ਚਾਦਰ ਲਈ ਤੇ ਮੂੰਹ ਲੁਕਾਵੇ ਪਿਆ ਗੋਪੀ ਪਹਿਲੇ ਦੀ ਤਾਜੀ ਕਸਮ ਵਾਲੀ ਗੱਲ ਗੋਪੀ ਦਾ ਨੀ ਮੇਰਾ ਆਪਣਾ ਜੜਾਂ ਵਾਲੇ ਦਾ ਵਾਕਿਆ ਨਹੀਂ ਯਕੀਨ ਸਾਹਿਬ ਨੂੰ ਮਿਲਾ ਦਿੰਦਾ ਆਲੂ ਗੋਪੀ ਦਾ ਚਿੱਟਾ ਸੂਟ ਤੇ ਕਾਲੀ ਚਾਦਰ ਲੈ ਕੇ ਵਿਚਾਰਾ ਮੂੰਹ ਲੁਕਾਵੇ ਪਿਆ ਮੈਂ ਕਿਹਾ ਯਾਰ ਪਤਾ ਨੀ ਕਿਉਂ ਖੈਰ ਮੈਂ ਉਹਦੇ ਤੇ ਫਿਰ ਮੈਂ ਉਹਨੂੰ ਵੀ ਚਾਵਲ ਮੈਂ ਦੇ ਕੇ ਮੈਂ ਅੱਗੇ ਚਲਾ ਗਿਆ ਮੈਂ ਕਿਹਾ ਯਾਰ ਬੰਦਾ ਮੈਂ ਕਿਤੇ ਦੇਖਿਆ ਮੇਰਾ ਉਸਤਾਦ ਜੀ ਜਦੋਂ ਧਿਆਨ ਪਿਆ ਉਹਦੇ ਮੱਥੇ ਤੇ ਨਾ ਰਸੋਲੀ ਸੀਗੀ ਏਡੀ ਜੀ
ਜਿਹੜੇ ਯਾਰ ਨਿਕਲਦੇ ਹੁੰਦੇ ਨੇ ਮੂੰਹ ਤੇ ਤੁਹਾਡੇ ਵੀ ਜਿਹੜੇ ਆਹੋ ਆ ਸੀ ਏਡਾ ਯਾਰ ਰਸੋਲੀ ਜੀ ਲੈਂਦਾ ਮੇਰਾ ਨਾਮ ਮੈਂ ਕੋਈ ਇਹਦੇ ਹਾਈ ਸਾਹਿਬ ਨੇ ਦਰਬਾਰ ਤੇ ਆਹੋ ਮੈਂ ਕੋਈ ਹਾਲਾਤ ਯਾਰ ਕਿੱਥੋਂ ਬੰਦੇ ਨੂੰ ਕਿੱਥੋਂ ਕਿੱਥੇ ਲੈ ਆਉਂਦੇ ਯਾਰ ਮੈਂ ਉਸਤਾਦ ਜੀ ਮੈਂ ਭਾਈ ਫੌਰਨ ਉਹਨਾਂ ਦੇ ਪੈਰਾਂ ਨੂੰ ਮੈਂ ਕਿਹਾ ਆਈ ਸਾਹਿਬ ਇਹ ਕੀ ਹੋ ਗਿਆ ਸਾਹਿਬ ਗੋਪੀ ਨਹੀਂ ਗੋਪੀ ਹੈਗਾ ਯਾਰ ਤੁਸੀਂ ਢੀਠ ਕਰਨ ਦਿਓ ਮੈਂ ਇੰਜ ਖਲੋਤਾ ਦਿਓ ਆਈ ਸਾਹਿਬ ਥੱਲੇ ਭਾਈ ਪੈਰਾਂ ਤੇ ਆ ਗਏ ਤੇਰੇ ਆਹੋ ਐ ਤੇ ਨਹੀਂ ਗੋਪੀ ਦਾ ਮੈਂ ਕਿਹਾ ਆਈ ਸਾਹਿਬ ਕੀ ਹੋ ਗਿਆ ਮੇਰੇ ਗਲੇ ਲੱਗ ਕੇ ਬੜਾ ਰੋਏ ਕਹਿੰਦੇ ਬਸ ਫੈਸਲ ਤੇਰੇ ਬਾਅਦ ਆਣਾ ਬੜਾ ਕੰਮ ਖਰਾਬ ਹੋਇਆ ਮੈਂ ਮੇਰੇ ਹੁਣ ਉੱਥੋਂ ਹੀ ਨਾ ਰੁਕਣ ਮੈਂ ਗਾਰਡ ਨੂੰ ਆਪਣੇ ਮੈਂ ਕਿਹਾ ਦੇਗ ਆਪੀ ਤਕਸੀਮ ਕਰ ਦੇ ਉਹ ਕਹਿੰਦਾ ਜਾ ਜਾ ਕੰਮ ਕਰ ਇਹਦੇ ਏਡੇ ਠੱਕੇ ਗਾਰਡ ਤੇ ਉਹਨਾਂ ਨੂੰ ਕਹੀ ਜਾਂਦਾ ਸੀ ਆਸੇ ਮੈਨੂੰ ਵੀ ਦਮ ਲਵਾ ਸੀ ਉਹਨੇ ਨੇ ਦੇਗ ਵੰਡਣ ਦਿਆ ਤੇ ਕਰੋ ਭਾਬੀ ਦਾ ਫੋਨ ਆਇਆ ਉਹਨੇ ਕਿ ਬੱਚੇ 4 ਘੰਟੇ ਹੋ ਗਏ ਖਾਦਾ ਕੁਝ ਨਹੀਂ ਉਹਨਾਂ ਨੇ ਇਹਨੇ ਆਪਣੇ ਗਾਰਡ ਨੂੰ ਕਿਹਾ ਜਾ ਕਿਸੇ ਗਰੀਬਾਂ ਦੇਗ ਵੰਡ ਗਿਆ ਤੇ ਇਹ ਉਹਦੇ ਘਰ ਲੈ ਗਿਆ ਇਹਦਾ ਗਾਰਡ ਨੂੰ ਕਹਿੰਦਾ ਅਸਲ ਸਾਹਿਬ ਮੇਰੀ ਜੁੱਤੀ ਦਾ ਧਿਆਨ ਰੱਖਿਓ ਮੈਂ ਹੁਣੀ ਹੈ ਇਹਦਾ ਗਾਰਡ ਮਹੀਨੇ ਬਾਅਦ ਨਾ 3000 ਦੀ ਤਨਖਾਹ ਵਾ ਵਿਚਾਰਾ ਪਤਾ ਨਹੀਂ ਕਿੱਥੋਂ 5 ਲੈ ਕੇ ਆਉਂਦਾ ਦੋ ਨੂੰ ਫੜਾ ਕਹਿੰਦਾ ਜੀ 3 ਮੈਂ ਆਪਣੀ ਤਨਖਾਹ ਰਾਹ ਲਈ ਬਸ ਮੈਂ ਕਦੇ ਗਾਣੇ 'ਚ ਬੋਲਿਆ ਹੁੰਦਾ ਇਹਦਾ ਗਾਰਡ ਰੱਖਿਆ ਤੇ ਹੁਣ ਬੰਦੂਕ ਕਿਹੜਾ ਚੱਲਦੀ ਸੀ ਇੰਨੇ ਦਿਨ ਕਿਤੇ ਫੜੀ ਜੰਗ ਲੱਗ ਗਿਆ ਉਹ ਹੀ ਨਾਲੀ 'ਚ ਮਾਰ ਮਾਰ ਦੱਕੇ ਖੋਲਣ ਉਹਦੇ ਜਿਹੜਾ ਕਿਸੇ ਨੇ ਬੱਚੇ ਨੇ ਚੀਕਮ ਪਸਾਤੀ ਇਹਨੇ ਮਾਰਿਆ ਉਹਦਾ ਅੱਗੋਂ ਬੁਲਬੁਲਾ ਬਣ ਗਿਆ ਉਹ ਭਾਈ ਕਿਤੇ ਇਹਦੇ ਲੱਗ ਇਹਦੇ ਲਾਗੇ ਸੁੱਤਾ ਉਹਦੀ ਅੱਖ ਲੱਗ ਗਈ ਇਹਦੇ ਪੱਟ ਤੇ ਗੋਲੀ ਵੱਜ ਗਈ ਇਹਨਾਂ ਦੇ ਮਹੱਲੇ ਚੋਰ ਆ ਗਏ ਤੇ ਗਾਰਡ ਨੇ ਫੜੇ ਨੀ ਤੇ ਕਹਿੰਦਾ ਤੂੰ ਫੜੇ ਕਿਉਂ ਨੀ ਕਹਿੰਦਾ ਉਹ ਬੰਦੂਕ ਵੀ ਲਾਈ ਨੀ ਸੀ ਉਹਨਾਂ ਉਹਨੇ ਕਿਹਾ ਮੈਂ ਕਿਹੜਾ ਤਨਖਾਹ ਦਿੰਦਾ ਤੈਨੂੰ ਹਨਾ ਕਾਲੇ ਡਾਲੇ ਤੇ ਪਿੱਛੇ ਬੈਠੇ ਭਾਈ ਗਾਰਡ ਨੇ ਆ ਕਰਕੇ ਸਲਮ ਮਾਰ ਕੇ ਚਲਾਈ ਉਹ ਡਾਲਾ ਪਿੱਛੇ ਰਹਿ ਗਿਆ ਸਾਰੇ ਲੋਕੀ ਤੋਏ ਤੋਏ ਕਰਨ ਲੱਗ ਪਏ ਉਹ ਕਹਿੰਦੇ ਫੈਸਲ ਸਭ ਕੁਛ ਉਜੜ ਗਿਆ ਮੈਂ ਕਿਹਾ ਆਈ ਸਾਹਿਬ ਕੋਈ ਟੈਨਸ਼ਨ ਨੀ ਮੈਂ ਹੈਗਾ ਵਾ ਨਾ ਕਹਿੰਦੇ ਹਾਂ ਯਾਰ ਬਹੁਤ ਬੜੇ ਆਦਮੀ ਮੰਨ ਗਏ ਬੰਦੇ ਨੂੰ ਮਨਰਵਾ ਚ ਵੇਖਿਆ ਸੀ ਸਾਡੇ ਸ਼ਹਿਰ ਚ ਆਇਆ ਠੀਕ ਮੈਂ ਕਿਹਾ ਸਾਹਿਬ ਅਸੀਂ ਵੀ ਬੈਠੇ ਇੱਥੇ ਤੂੰ ਪਹਿਲਾਂ ਹੀ ਸਿਮਰਨ ਕਿੱਥੇ ਪਹਿਲੇ ਇੱਧਰ ਤੇ ਆਉਂਦੇ ਕਹਿੰਦਾ ਅਸੀਂ ਤੇਰੇ ਤੋਂ ਪਹਿਲੇ ਤੇ ਆਏ ਕਹਿੰਦਾ ਤੂੰ ਹੁਣ ਘਰ ਆ ਚੱਲੀਏ ਮੈਨੂੰ ਖੁਸ਼ੀ ਉਦੋਂ ਨਾ ਐਫ ਐਕਸ ਮੇਰੇ ਕੋਲ ਸੀਗੀ ਮੈਂ ਕਿਹਾ ਆਈ ਸਾਹਿਬ ਉਹ ਘਰ ਚੱਲੀਏ 96-72 ਗੱਡੀ ਹੁੰਦੀ ਸੀ ਐਫ ਐਕਸ ਮੇਰੇ ਕੋਲ ਮੈਂ ਆਈ ਸਾਹਿਬ ਨੂੰ ਲੈ ਗਿਆ ਤੇ ਆਈ ਸਾਹਿਬ ਕਹਿੰਦੇ ਮੈਂ ਨਾ ਕੁਛ ਖਾਣ ਲਈ ਤੇਰੇ ਲਈ ਲਿਆਉਣਾ ਉਹ ਸਾਹਮਣੇ ਘਰ ਆ ਤੂੰ ਚੱਲ ਘਰ ਤੇ ਹੁਣ ਉਸਤਾਦ ਜੀ ਮੈਂ ਉਹ ਗਲੀ ਦੇ ਵਿੱਚ ਗੱਡੀ ਮੈਂ ਨੁੱਕਰ ਤੇ ਲਾਤੀ ਗਲੀ ਅੱਗੇ ਗੱਡੀ ਨਹੀਂ ਸੀ ਜਾ ਰਹੀ ਆਹੋ ਉਹ ਭਾਈ ਰਸ਼ ਹੀ ਰਸ਼ ਲੋਕਾਂ ਦਾ ਲੱਗਾ ਤੇ ਉਧਰੋਂ ਮੇਰਾ ਯਕਦਮ ਧਿਆਨ ਪਿਆ ਤੇ ਸਿਮਰਨ ਦਰਵਾਜ਼ੇ 'ਚ ਖਲੋਤੀ ਮੈਨੂੰ ਕਿਹਾ ਕਿ ਮੈਂ ਤੇਰੇ ਲਈ ਬੋਤਲ ਬੋਤਲ ਕੁਛ ਖਾਣ ਨੂੰ ਲੈ ਕੇ ਆਇਆ ਤੇ ਉਹ ਘਰ ਆ ਤੂੰ ਚੱਲ ਘਰ ਠੀਕ ਹੈ ਮੈਂ ਗੱਡੀ ਨੁਕਰ ਤੇ ਲਾਈ ਗਿਆ ਰਸ਼ ਸੀ ਮੈਂ ਸਾਰਿਆਂ ਨੂੰ ਭਾਈ ਪਿੱਛੇ ਕਰ ਗਾਰਡਾਂ ਨੇ ਨਹੀਂ ਕੀਤਾ ਨਹੀਂ ਨਹੀਂ ਗਾਰਡ ਤੇ ਉੱਥੇ ਚੋਲ ਵੰਡਣ ਡੇ ਸੀ ਉਸਤਾਦ ਜੀ ਅੱਜ ਦੀ ਗੈਰਤ ਵੀ ਗੁਰਬਤ ਦੇ ਨਾਲ ਮਰ ਗਈ ਸੀ ਉਹ ਬੋਤਲ ਲੈਣ ਗਿਆ ਤੇ ਉਹਨੇ ਭੇਜ ਦਿੱਤਾ ਤੈਨੂੰ ਘਰ ਮੈਂ ਨਾ ਗਿਆ ਵਾਂ ਤੇ ਸਿਮਰਨ ਨੂੰ ਕਹਿੰਦੀ ਆਟੋਗ੍ਰਾਫ ਮੈਂ ਉਹਨੂੰ ਆਟੋਗ੍ਰਾਫ ਦਿੱਤਾ ਠੀਕ ਲਵ ਇਜ਼ ਲਾਈਫ ਜੋ ਵੀ ਕੀਤਾ ਸੀ ਕੀ ਲਿਖਿਆ ਜੋ ਵੀ ਆਟੋਗ੍ਰਾਫ ਦਿੱਤਾ ਤੇ ਉਹ ਆਈ ਸਾਹਿਬ ਉੱਤੋਂ ਆ ਗਏ ਆਈ ਸਾਹਿਬ ਕਹਿੰਦੇ ਯਾਰ ਇੱਥੇ ਬਾਹਰ ਹੀ ਖਲੋਤੇ ਕਿ ਅੰਦਰ ਹੀ ਚਲੋ ਮੈਂ ਕਿਹਾ ਆਈ ਸਾਹਿਬ ਅੰਦਰ ਮੈਂ ਬੈਠੇ ਤੇ ਮੈਨੂੰ ਕਹਿੰਦੇ ਫੈਸਲ ਸ਼ਾਦੀ ਤੇ ਨਹੀਂ ਕੀਤੀ ਮੈਨੂੰ ਉਮੀਦ ਹੈ ਤੂੰ ਸ਼ਾਦੀ ਮੈਂ ਕਿਹਾ ਆਈ ਸਾਹਿਬ ਮੈਂ ਆਪਣੀ ਮੁਹੱਬਤ ਤੋਂ ਕੁਰਬਾਨ ਹੋਣ ਵਾਲਾ ਬੰਦਾ ਵਾ ਮੈਂ ਨਹੀਂ ਕਦੇ ਮੁਨਾਫਕਤ ਕਰਦਾ ਕਹਿੰਦੇ ਯਾਰ ਉਹਨਾਂ ਨੇ ਮੈਨੂੰ ਫਿਰ ਗਲੇ ਲੱਗ ਕੇ ਰੋਣ ਲੱਗ ਪਏ ਆਹੋ ਆਈ ਸਾਹਿਬ ਕਹਿੰਦੇ ਅੱਲਾ ਨੇ ਯਾਰ
ਸਭ ਕੁਛ ਦਿੱਤਾ, ਦੌਲਤ ਵੀ ਵੇਖ ਲਈ, ਸਾਰਾ ਕੁਛ, ਉਮਰਾ ਵੀ ਕਰ ਆਇਆ, ਏ ਟੂ ਸੈਡ, ਅੱਲਾ ਪਾਕ ਨੇ ਹਰ ਖੁਆਇਸ਼, ਬਸ ਇੱਕ ਫਰਜ਼ ਮੇਰਾ ਰਹਿ ਗਿਆ, ਫੈਸਲ ਗੱਲ ਬਣੇਗੀ ਉਹ, ਬਸ ਮੈਂ ਕਹਿੰਦਾ ਵਾ ਕਿ ਉਹ ਵੀ ਜਲਦ ਅਜ ਜਲਦ ਪੂਰਾ ਹੋ ਜਾਏ। ਮੈਂ ਕਿਹਾ ਹਾਈ ਸਾਹਿਬ ਹੁਕਮ ਕਰੋ। ਕਹਿੰਦਾ ਖਾਲਾ ਨਾ ਮਿਲਾ ਕਿਸੇ ਤਰੀਕੇ ਨਾਲ ਉਹ ਰਿਸ਼ਤੇ ਕਰਾ ਟਾਕਰ ਸਾਹਿਬ ਬੜੇ ਜ਼ਾਲਮ, ਉਹਨਾਂ ਨੇ ਮਾਰ ਦੇਣਾ ਤੁਹਾਨੂੰ, ਮੈਨੂੰ ਤੇ ਨਾਲੇ ਪਤਾ ਹੀ ਨਹੀਂ ਹੈਗਾ। ਤੇ ਮੈਂ ਕਹਿੰਦਾ ਨਾਲੇ ਹਾਈ ਸਾਹਿਬ ਮਾਸ਼ਾਅੱਲਾ, ਤੁਸੀਂ ਹੁਣ ਵੇਖੋ ਨਾ ਸਿਮਰਨ ਵੀ, ਉਹਦੀ ਸ਼ਾਦੀ ਕਰੋ, ਸਹੀ ਗੱਲ, ਤੁਸੀਂ ਆਪਣਾ ਸੋਚਣ ਡੇ ਹੋ, ਤੇ ਨਾਲੇ ਹੁਣ ਤੁਸੀਂ ਕਿਉਂ ਨੀ ਹਾਲਾਤਾਂ ਤੋਂ ਡਰਦੇ ਕਿਸੇ ਦੀ, ਵੇਖੋ ਉਹਦਾ ਦੀ ਇੱਜ਼ਤ ਹੈਗੀ, ਉਹ ਐਵੇਂ ਤੁਹਾਨੂੰ ਮਾਰਨਗੇ ਕੁੱਟਣ। ਕਹਿੰਦਾ ਯਾਰ ਫੈਸਲ ਮੇਰੀ ਗੱਲ ਜ਼ਿਹਨ 'ਚ ਰੱਖੀ, ਪਿਆਰ ਕਰਨ ਵਾਲੇ ਕੋਈ ਡਰਦੇ ਨਹੀਂ, ਜੋ ਡਰਦੇ ਆ ਉਹ ਪਿਆਰ ਕਰਦੇ ਨਹੀਂ। ਮੈਂ ਕਿਹਾ ਅੱਛਾ ਜੀ, ਖੈਰ ਉਸਤਾ ਜੀ, ਮੈਂ ਪੰਜ ਸੱਤ ਵਰਿਆਜੀ ਨੇ ਅੱਗੇ ਕਹੀ ਤੂੰ ਉਦੋਂ ਜ਼ਿਹਨ 'ਚ ਰੱਖ ਲੈਂਦਾ, ਮੈਨੂੰ ਨਾ ਤੂੰ ਡਰਾਮਾ ਕਰਨ ਆਇਆ ਤੇ ਦੋ ਬੰਦਿਆਂ ਦਾ ਪਾਸ ਦੇ, ਮੈਂ ਵੀ ਆਣਾ ਵਾ। ਮੈਂ ਆਈ ਸਾਹਿਬ ਨੂੰ ਕਿਹਾ, ਮੈਂ ਕਿਹਾ ਆਈ ਸਾਹਿਬ ਚੱਲਦੇ ਦੇਖ, ਚੱਲਦੇ ਦੇਖਦੇ ਭਾਈ, ਗੱਡੀ ਐਫ ਐਕਸ ਸਕੂਲ ਸੀ ਭਾਈ, ਸਿੱਧਾ ਸੀ ਹਾਈ ਸਾਹਿਬ ਨੂੰ ਬਿਠਾਇਆ ਫਰੰਟ ਤੇ। ਗਾਰਡ ਕਿੱਥੇ ਗਏ ਉਹ? ਗਾਰਡ ਯਾਰ ਉੱਥੇ ਚੋਲ ਵੰਡਣ ਡੇ ਸੀ ਯਾਰ। ਗਾਰਡ ਛੱਡਦੇ, ਹਰ ਜਗ੍ਹਾ ਤੇ ਨਵੇਂ ਗਾਰਡ ਹੁੰਦੇ ਫੈਸਲ ਰਾਮੇ ਦੇ, ਠੀਕ ਹੈ ਉਹ ਯਾਰ। ਉਹ ਨਾਲੇ ਥੀਏਟਰ ਦੇ ਵਿੱਚ ਕੋਈ ਗਾਰਡ ਤੇ ਵੀ ਬੋਤਾ ਉਹਨੂੰ ਪੇਤੀ ਹੋ ਜਾਂਦਾ ਉਹ। ਤੇਰੇ ਨਾਲੇ ਗਾਰਡ ਨਹੀਂ, ਮਡ ਗਾਰਡ ਹੁੰਦੇ ਆ। ਅੱਛਾ ਚਲੋ ਠੀਕ ਹੋ ਗਿਆ ਬਸ। ਅੱਛਾ ਯਾਰ ਚੱਲ ਯਾਰ। ਹਾਂ ਭਾਈ ਸਾਹਿਬ ਨੂੰ ਸਾਜੀ ਪਹਿਲੀ ਲੈਣ ਦੇ ਟੈਕਸ ਭਰ ਗਏ ਉਹਨਾਂ ਨੂੰ, ਮੈਂ ਟਿਕਟ ਲਵਾਈ, ਠੀਕ ਹੈ। ਉਹ ਡਰਾਮਾ ਉਹਨਾਂ ਨੂੰ ਵੇਖਦੇ, ਇੰਨੀ ਦੇਰ ਉਹਨਾਂ ਨੂੰ ਮੈਨੂੰ ਫੋਨ ਆਇਆ ਸਿਮਰਨ ਦਾ। ਅੱਛਾ ਜੀ ਓਏ ਭਾਈ, ਮੇਰਾ ਦਿਲ ਕੜਕੜ 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 ਕਰੇ। ਜ਼ਿਆਦਾ ਸਪੀਡ ਨਾਲ ਐਕਸਰੇ ਦਾ ਦਿਲ, ਟੀਨ ਦਾ ਬਣਿਆ ਦਿਲ ਉਹ ਵੀ ਕੜਕੜ ਕਰਨ ਲੱਗਾ। ਠੀਕ ਮੈਂ ਕਿਹਾ, ਮੈਂ ਚੁੱਕਿਆ ਫੋਨ, ਮੈਂ ਕਿਹਾ ਹਾਂਜੀ ਹਾਂਜੀ ਬਾਜੀ, ਸਹੀ ਹੋਰ ਵੇਖ ਲਓ ਬਰਾ, ਸਾਡੀ ਬਾਜੀ ਨਹੀਂ ਤੇਰੀ ਭਾਈ, ਤੁਹਾਡੇ ਵੱਲੋਂ ਅਸੀਂ ਗਲਤ ਨਹੀਂ ਸੋਚ ਰਹੇ। ਠੀਕ ਹੈ, ਮੈਨੂੰ ਕਹਿੰਦੀ ਫੈਸਲ ਕਿੱਥੇ? ਮੈਂ ਕਿਹਾ ਮੈਂ ਥੀਏਟਰ। ਹਾਂ ਕਹਿੰਦੀ ਘਰ ਆ ਜਾ। ਮੈਂ ਕਿਹਾ ਕਿਉਂ ਖੈਰ ਆ? ਕਹਿੰਦੀ ਘਰ ਕੋਈ ਵੀ ਨਹੀਂ ਹੈਗਾ। ਓਏ ਹੋਏ, ਉਹਨੇ ਕਿਹਾ ਕੋਈ ਗੱਲਬਾਤ ਆ ਯਾਰ, ਯਾਦ ਚਾਰੀ ਰਹਿ। ਅੱਛਾ ਕਹਿੰਦੇ ਘਰ ਕੋਈ ਨਹੀਂ ਹੈਗਾ। ਆਹੋ ਫੇਰ ਤੂੰ ਗਿਆ? ਮੈਂ ਤਾਂ ਜੀ ਗਿਆ ਤੇ ਤਾਲਾ ਲੱਗਾ। ਕਿਉਂ? ਘਰ ਕੋਈ ਵੀ ਨਹੀਂ ਹੈਗਾ ਯਾਰ। ਮੈਂ ਕਹਿੰਦੇ ਉਹ ਭਾਈ, ਮੈਂ ਫਿਰ ਉਹਨੂੰ ਫੋਨ ਕੀਤਾ, ਕਹਿੰਦੀ ਮੈਂ ਆਹੋ ਪ੍ਰੈਂਕ ਕਰਤਾ ਇਹਦੇ ਨਾਲ। ਕੀ ਸੱਚੀ ਔਰਤ ਹੋਈ? ਸਿਮਰਨ ਨੇ ਕਿਹਾ ਕੈਮਰੇ ਕੀ ਤਰ੍ਹਾਂ ਦੇਖ ਕੇ ਹੱਥ ਲਾ ਦਿੱਤਾ। ਨਹੀਂ ਨਹੀਂ, ਅੱਛਾ ਫੇਰ ਉਹਨੇ ਮੈਨੂੰ ਕਿਹਾ ਘਰ ਫੈਸਲ, ਫਿਰ ਮੈਨੂੰ ਫੋਨ ਆਇਆ, ਕਹਿੰਦੀ ਘਰ ਕੋਈ ਵੀ ਨਹੀਂ ਹੈਗਾ ਫੈਸਲ, ਤੇ ਤੂੰ ਆਣਾ ਜਨਾਹ ਬਾਗ ਆਣਾ। ਹੂੰ ਕੰਪਲੀਟ। ਹਾਂ ਮੈਂ ਕਿਹਾ ਮੈਂ ਜਨਾਹ ਬਾਗ ਨਹੀਂ ਜਾਣਾ, ਉੱਥੇ ਯੂਸੀ ਵੀ ਆਇਆ ਸੀਗਾ, ਮੈਨੂੰ ਬਾਗ ਪਤਾ ਲਿਆ, ਮੈਂ ਉਹਨੂੰ ਕਨਾਲ ਪਾਰਕ ਤੋਂ ਦੇ ਦਿੱਤਾ। ਅੱਛਾ ਫੇਰ ਪਤਾ ਹੀ ਕਨਾਲ ਪਾਰਕ, ਤੁਸੀਂ ਖਾਣਾ ਛਾਣਾ ਖਾਧਾ, ਠੀਕ ਕੋਈ ਗਿਆ ਸੀ ਛੱਡ ਕੇ? ਉਹ ਨਹੀਂ ਯਾਰ, ਕਿੰਨਾ ਵਾਲੇ ਆ, ਠੀਕ ਉੱਥੇ ਅਸੀਂ ਕਿਸ਼ਤੀ ਤੇ ਬੈਠੇ ਆ ਦੋ ਵੀ ਜਣੇ, ਉਹ ਚੱਪੂਆਂ ਵਾਲੀ ਨੀ ਜਿਹੜੀ ਹੁੰਦੀ, ਉਹ ਪੈਡਲ ਮਾਰੀ ਜਿੰਨ ਉੱਤੇ ਬੈਠੇ, ਇੱਕ ਸਾਈਡ ਦੇ ਉਸ ਸਾਈਡ ਤੇ ਮੈਂ ਬੈਠਣ, ਨਾਲੇ ਗੱਲਾਂ ਕੀਤੀਆਂ, ਨਾਲੇ ਮੈਨੂੰ ਕਹਿੰਦੀ ਫੈਸਲ ਇੱਕ ਤੇਰੇ ਨਾਲ ਕੰਮ ਆ ਛੋਟਾ ਜਿਹਾ। ਪਿਆਰ ਦੀ ਗੱਲ ਕਰੇਗੀ ਇੱਥੇ ਕੋਈ ਨਾ ਯਾਰ, ਸ਼ੁਕਰ ਸਿਮਰਨ ਦਾ ਵੀ ਕੁਝ ਸੀਨ ਆ। ਸਹੀ ਗੱਲ, ਲਓ ਜੀ ਕਿਸ਼ਤੀ ਚ ਬੈਠੇ ਹੁਣ ਤੁਸੀਂ, ਹੁਣ ਲੱਗਾ ਕੋਈ ਲਵ ਸਟੋਰੀ ਤੇ ਆ ਨਾ। ਸਿਮਰਨ ਕਹਿੰਦੀ ਜੀ ਚ ਬੈਠੇ ਚੱਪੂ ਹਲਕੇ ਹਲਕੇ ਹੈ। ਸਿਮਰਨ ਕਹਿੰਦੀ ਫੈਸਲ ਤੂੰ ਮੈਨੂੰ ਕਿੰਨਾ ਵੀ ਯਾਦ ਕੀਤਾ। ਮੈਂ ਕਿਹਾ ਯਾਦ ਤੇ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਭੁੱਲ ਜਾਣ, ਤੂੰ ਤੇ ਭੁੱਲੀ ਨਹੀਂ। ਬੜਾ ਫਿਕਰ ਡਾਇਲੋਗ ਆ, ਸਾਰੇ ਹੀ ਬੋਲਦੇ। ਅੱਛਾ ਕਹਿੰਦੀ ਆਪਣਾ ਹੱਥ ਅੱਗੇ ਕਰੋ। ਓਏ ਮੈਂ ਸਾਈ ਇੰਜ ਆਪਣਾ ਹੱਥ ਕੀਤਾ, ਉਹਨੇ ਥੁੱਕ ਸੁੱਟਤਾ। ਕੀ ਕੀਤਾ ਵੀਰੇ ਅੱਗੋਂ ਦੱਸੋ। ਬਿਜਲੀ ਲਵ ਸਟੋਰੀ ਆ। ਮੈਨੂੰ ਕਹਿੰਦੀ ਅੱਬੂ ਦੇ ਨਾ ਫੈਸਲ ਹਾਲਾਤ ਨੀ ਠੀਕ, ਅੱਬੂ ਨੂੰ ਕਹਿਣ ਸਾਰੀ ਜ਼ਿੰਦਗੀ ਉਹਨੇ ਫੈਕਟਰੀਆਂ ਫੁਕਟਰੀਆਂ, ਲੇਕਿਨ
ਮਾਲਕ ਮਕਾਨ ਬੜਾ ਸਿਰ ਹੋਇਆ ਇਹਦੀ ਡੇਟ ਲੰਘ ਗਈ ਆ ਤੇ ਸਵੇਰੇ ਕੱਟਣ ਵਾਲੇ ਆ ਜਾਣਗੇ ਮੇਰੇ ਕੋਲ ਸਹੀ ਆਇਆ ਸੀ ਕੋਈ 1700 ਰੁਪਈਆ ਕੋਈ 3600 ਰੁਪਇਆ ਬਿੱਲ ਸੀਗਾ ਯਾਰ ਹਜ਼ਾਰ ਕਰ ਉਸਤਾਦ ਜੀ ਨਾਲੇ ਕਹਿਣ ਮੈਂ ਐਡੀ ਵੱਡੀ ਸੈਲਿਬ੍ਰਿਟੀ ਬਣ ਗਿਆ ਉਸ ਟਾਈਮ ਜੇਬ ਚ ਇੰਨੇ ਕੋਲ ਜੇਬ ਚ ਨੇ ਏਟੀਐਮ ਕਾਰਡ ਸੀਗਾ ਉਹ ਕਾਰਡ ਆਇਆ ਸੀ ਮੇਰੇ ਕੋਲ ਏਟੀਐਮ ਤੇ ਉਦੋਂ ਹੁੰਦਾ ਹੀ ਨਹੀਂ ਸੀ ਉਦੋਂ ਹੁੰਦਾ ਸੀਗਾ ਏਟੀਐਮ ਕੀ ਗੱਲ 84 ਜੋ ਐਸਟੀਐਨ ਹੁੰਦਾ ਸੀ ਟੀਵੀ ਮੇਰੇ ਕੋਲ ਕ੍ਰੈਡਿਟ ਕਾਰਡ ਤੇ ਪੇਂਜਰ ਹੁੰਦਾ ਸੀਗਾ ਏਡਾ ਯਾ ਕੀ ਪੇਂਜਰ ਉਹ ਜਿਹੜਾ ਨਹੀਂ ਉਹ ਮੈਸੇਜਰ ਵਾਲਾ ਪੇਂਜਰ ਉਹ ਹੁੰਦਾ ਸੀਗਾ ਮੇਰੇ ਕੋਲ ਮੈਂ ਯਾਰ ਉੱਥੇ ਉਹਨਾਂ ਨੂੰ ਗੱਡੀ ਵਿੱਚ ਉਹਨੂੰ ਘਰ ਡ੍ਰੌਪ ਕੀਤਾ ਰਸਤੇ 'ਚ ਬੈਂਕ ਆਇਆ ਮੈਂ ਏਟੀਐਮ ਮਾਰ ਕੇ ਉਹਨੂੰ ਪੈਸੇ ਦਿੱਤੇ ਉਧਰੋਂ ਮੈਨੂੰ ਯਾਦ ਆਇਆ ਇਸ ਸਾਹਿਬ ਦੇ ਥੀਏਟਰ ਬੈਠੇ ਡਰਾਮਾ ਵੀ ਮੁੱਕਣ ਵਾਲਾ ਮੈਂ ਗਿਆ ਥੀਏਟਰ ਐਂਟਰੀ ਆਪਣੀ ਕੀਤੀ ਭਰਪੂਰ ਸੱਚਨੀ ਬੜੀ ਵੱਡੀ ਹੋਈ ਉੱਥੇ ਠੀਕ ਉਹ ਵੇਖ ਕੇ ਮਾਸ਼ਾਅੱਲਾ ਹੈਰਾਨ ਪਰੇਸ਼ਾਨ ਕਲੈਪਾਂ ਕਰਦਾ ਰਿਹਾ ਮੈਨੂੰ ਡਰਾਮਾ ਜਦੋਂ ਖਤਮ ਹੋਇਆ ਵਾਪਸ ਮੈਂ ਉਹਨੂੰ ਗੱਡੀ 'ਚ ਭਲਿਆ ਮੈਂ ਕਿਹਾ ਆਈ ਸਾਹਿਬ ਉਹ ਤੁਹਾਨੂੰ ਘਰ ਲਾ ਦੇਵਾਂ ਮੈਨੂੰ ਕਹਿੰਦੇ ਫੈਸਲੀ ਹਰੇਕ ਤੇਰੇ ਨਾਲ ਕੰਮ ਹੈਗਾ ਮੈਂ ਕਿਹਾ ਆਈ ਸਾਹਿਬ ਹੁਕਮ ਕਰੋ ਕਹਿੰਦੇ ਮੇਰਾ ਇਹ ਕੰਮ ਕਰਕੇ ਇੱਕ ਤੇਰੇ ਨਾਲ ਹੋਰ ਕੰਮ ਮੈਂ ਕਿਹਾ ਆਈ ਸਾਹਿਬ ਆਰਡਰ ਲਾਓ ਪੁੱਤਰ ਆ ਤੁਹਾਡਾ ਤਾਂ ਜੀ ਬਿੱਲ ਉਹਨੇ ਫੜਾਇਆ ਮੈਨੂੰ ਕਹਿੰਦਾ ਗੈਸ ਦਾ ਬਿੱਲ ਆ 2700 ਰੁਪਈਆ ਤੇ ਇਹ ਤੂੰ ਜਮ੍ਹਾਂ ਕਰਾ ਦੇ 3200 ਤੇ 2700 ਯਾਰ ਪਤਾ ਕੀ ਦੋਵੇਂ ਜ਼ਰੂਰੀ ਆ ਗੈਸ ਦਾ ਮੀਟਰ ਕੱਢਿਆ ਜੇ ਲੱਗਦਾ ਨਹੀਂ ਹੈਗਾ ਇੰਨਾ ਲੇਕਿਨ 900 ਰੁਪਈਆ ਅੱਜ ਦੇ ਖਾਤੇ 'ਚ ਹੋ ਗਿਆ ਤੇ ਹਾਂਜੀ ਸਾਹਿਬ ਦੇ ਘਰ ਦਾ ਕੋਈ ਹੋਰ ਜੀ ਹੈ ਵਾ ਨਹੀਂ ਤੇ PTCL ਦਾ ਬਿੱਲ ਕਿੰਨੇ ਫੜਾਣਾ ਨਹੀਂ ਉਹ ਖੈਰ ਮੈਂ ਉਹਨਾਂ ਨੂੰ ਬਿੱਲ ਦੇ ਕੇ ਘਰ ਮੈਨੂੰ ਕਹਿੰਦੇ ਯਾਰ ਅੰਦਰ ਆ ਤੇਰੇ ਨਾਲ ਇੱਕ ਗੱਲ ਕਰਨੀ ਮੈਂ ਅੰਦਰ ਭਾਈ ਬੈਠਕ 'ਚ ਬੈਠਾ ਸੀ ਮੈਨੂੰ ਉਹਨਾਂ ਨੇ ਕਿਹਾ ਚਾਹ ਬਣਾ ਉਹ ਚਾਹ ਬਣਾਉਣ ਲੱਗ ਪਈ ਕਹਿੰਦੇ ਫੈਸਲੇ ਯਾਰ ਹੁਣ ਤੂੰ ਮਾਸ਼ਾਅੱਲਾ ਬਹੁਤ ਵੱਡਾ ਬੰਦਾ ਤੇਰੀ ਤਸਵੀਰ ਵੀ ਅੱਛੀ ਲੱਗਦੀ ਮੇਨ ਲੱਗਦੀ ਲੋਕ ਵੀ ਤੇਰੇ ਨਾਲ ਮੁਹੱਬਤਾਂ ਕਰਦੇ ਨੇ ਪੋਸਟਰ ਬੌਂਡ ਵੀ ਹੋ ਰਿਹਾ ਤੂੰ ਸਾਰਾ ਕੁਛ ਯਾਨੀ ਕਿ ਹੁਣ ਆ ਹੁਣ ਗੱਲ ਕਰਨ ਵਕਤ ਨਾ ਮੈਨੂੰ ਝਿਝਕ ਜਿਹੀ ਆਉਂਦੀ ਹੈ ਯਾਰ ਕਿਉਂਕਿ ਮੈਂ ਲੇਕਿਨ ਮੈਂ ਉਹਨਾਂ ਨੂੰ ਮੈਂ ਭਾਈ ਪੈਰਾਂ 'ਚ ਮੈਂ ਕਿਹਾ ਜੀ ਸਾਹਿਬ ਮੈਂ ਵੱਡਿਆਂ ਦਾ ਬੜਾ ਇਹਤਰਾਮ ਕੀਤਾ ਅੱਜ ਮੈਨੂੰ ਜਿਹੜੇ ਭਾਗ ਲੱਗੇ ਨੇ ਜਿਹਦੀਆਂ ਮੇਰੇ 'ਤੇ ਅੱਲਾਹ ਦਾ ਕਰਮ ਹੈਗਾ ਇਹ ਵੱਡਿਆਂ ਦੀਆਂ ਖਿਦਮਤਾਂ ਦਾ ਅਤੇ ਪਿਆਰ ਦਾ ਨਤੀਜਾ ਵਾ ਠੀਕ ਹੈ ਕਹਿੰਦੇ ਫਿਰ ਮੇਰਾ ਇੱਕ ਕੰਮ ਕਰਦੇ ਮੈਂ ਕਿਹਾ ਜੀ ਸਾਹਿਬ ਹੁਕਮ ਕਰੋ ਡਰਾਈਵਿੰਗ ਲਾਇਸੈਂਸ ਵੀ ਹੈਗਾ ਵਾ ਤੂੰ ਆਪਣੇ ਰਿਸ਼ਤਾ ਨਹੀਂ ਉਹ ਸਟੱਡੀ ਕੰਪਲੀਟ ਕਰਨੀ ਸੀ ਫਿਰ ਉਸ ਤੋਂ ਬਾਅਦ ਹੋਣਾ ਕਿਹੜੀ ਸਟੱਡੀ ਉਹ ਕਹਿੰਦਾ ਭਾਈ ਮੈਂ ਆਪਣੀ ਧੀ ਨੂੰ ਲੈ ਕੇ ਪਾਕਿਸਤਾਨ ਛੱਡ ਦੇਣਾ ਮੈਂ ਦੁਬਈ ਚਲੇ ਜਾਣਾ ਮੈਂ ਕਿਹਾ ਜੀ ਸਾਹਿਬ ਮੈਂ ਕਹਿੰਦੇ ਯਾਰ ਆਪਣੇ ਉਸਤਾਦ ਜਾਨੀ ਨੂੰ ਕਹਿ ਉਹ ਮੈਨੂੰ ਭਾਵੇਂ ਉੱਥੇ ਕੈਫੇ ਦੇ ਕਿਤੇ ਲਵਾ ਦੇਣ ਮੈਨੂੰ ਬਾਹਰ ਭੇਜਦੇ ਯਾਰ ਮੇਰਾ ਇੱਥੋਂ ਯਕੀਨ ਉੱਠ ਗਿਆ ਸਿਮਰਨ ਨੂੰ ਵੀ ਨਾਲ ਸਿਮਰਨ ਨੂੰ ਵੀ ਨਾਲ ਸਿਮਰਨ ਕੀ ਕਰੇਗੀ ਉੱਥੇ ਉਹ ਯਾਰ ਉਹ ਕਹਿੰਦੀ ਸੀ ਮੈਂ ਉੱਥੇ ਪੜਾਂਗੀ ਠੀਕ ਹੈ ਉਹ ਯਾਰ ਸਾਂਸੋ ਕੀ ਮਾਲਾ ਪੇ ਸਿਮਰਨ ਮੈਂ ਪੀ ਕਾ ਨਾਮ ਨਹੀਂ ਪੜ ਲੋ ਸਿਮਰਨ ਨੇ ਜਾ ਕੇ ਤੇ ਉੱਥੇ ਧੜਕਣ ਚ ਕਿਦੋਂ ਪੜਾਈ ਹੁੰਦੀ ਧੜਕਣ ਤੇ ਚਪੇੜਾ ਮਾਰਨੀ ਹੈ ਚਬਲਾ ਮਾਰਦਾ ਦੇਖੇ ਮਸਲਾ ਤੈਨੂੰ ਕੋਈ ਉਹਨੇ ਤੇ ਪਿੱਛੋਂ ਡਿੱਗੀ ਭਾਈ ਬੈਗ ਤੁਸੀਂ ਹੱਥ ਮਾਰਿਆ ਫਿਰ ਚੱਲ ਲਾ ਦੇ ਯਾਰ ਉਹਦੇ ਤੇ ਗੱਤ ਤੋਂ ਤਸ਼ੱਦਦ ਨਹੀਂ ਸੀ ਨੋਟਸ ਵੀ ਸਿਰ ਪਾੜਨ ਨੂੰ ਆ ਗਏ ਨੇ ਲੋ ਜੀ ਆ ਸਿਮਰਨ ਸੀ ਸਿਮਰਨ ਮੁੱਕ ਗਈ ਕੰਮ ਤੇ ਲੱਗਣ ਲੱਗੀ ਕੰਮ ਤੇ ਸਿਮਰਨ ਲੱਗ ਗਿਆ ਅੱਗੋਂ ਕੀ ਸਿਮਰਨ ਦੀ ਵਿਚਾਰੇ ਦੀ ਕਟਾਈ ਕੀਤੀ ਹੈ ਇਹ ਭਲਾ ਕਾਹਤੋਂ ਤਸਵੀਰ ਡਿੱਗੀ ਆ ਕਿਉਂ ਇਹ ਜਿੱਧਰ ਬਹਿੰਦਾ ਉਹ ਸੈੱਟ ਦਾਬੂ ਹੋ ਜਾਂਦਾ ਇਹ ਕਿੱਦਾਂ ਹੋਇਆ ਨਾ ਉਹ ਸੈੱਟ ਇਧਰੋਂ ਚੁੱਕਿਆ ਗਿਆ ਮਾੜਾ ਜਿਹਾ ਉਹ ਤਸਵੀਰ ਤਾਂ ਦਾਬੂ ਹੋ ਜਾਂਦਾ ਹਾਂਜੀ ਤੇ ਹੋਰ ਕੀ ਮਰੇ ਮੈਂ ਕੀ ਸ਼ੇਰ ਲਾ ਦਾਬੂ ਹੋ ਜਾਂਦਾ ਠੱਕ ਲੇਕਿਨ ਉਸਤਾਦ ਜੀ ਇਹ ਗੋ ਸਟੋਰੀ ਜਿਹੜੀ ਅਗਲੇ ਨੈਕਸਟ ਸ਼ੋਅ 'ਚ ਦੁਬਈ 'ਚ ਸਿਮਰਨ ਚਲੇ ਗਈ ਜਾਂ ਦੁਬਈ ਨਹੀਂ ਭਾਈ ਮੈਂ ਭੇਜਣਾ ਯਾਰ ਮੈਂ ਮੇਰੀ ਇੱਜ਼ਤ ਆ ਮੈਂ ਦੁਬਈ ਨਹੀਂ ਭੇਜਣਾ ਬੇਸਿਕ ਤੌਰ ਤੇ ਮੈਂ ਸ਼ਾਦੀ ਕਰ ਗਿਆ ਸੀ ਦੋਵੇਂ ਜਣੇ ਜਾਵਾਂ ਮੇਰੀ ਗੱਲ ਸੁਣੋ ਅੱਗੇ ਕਿਸੇ ਨੂੰ ਤੁਸੀਂ ਦੁਬਈ ਭੇਜਿਆ ਯਾਰ ਕਿੰਨੇ ਇਹ ਹੁਣ ਤੱਕ ਹੁਣ ਪੁੱਛਣ ਡਿਆ ਉਹਦੇ ਕੋਲੋਂ ਜਦੋਂ ਐਂਡ ਹੋ ਗਿਆ ਹੁਣ ਤੇ ਉਹ ਲਾਟਾਂ ਬੰਦ ਹੋ ਗਈਆਂ ਤੇ ਉਦੋਂ ਕਹਿਣ ਡਿਆ ਨਾ ਨਾ ਯਾਰ ਦੁਬਈ ਉਹਦਾ ਉਸ ਦੌਰ 'ਚ ਕਿੱਥੇ ਦੁਬਈ ਉਸ ਦੌਰ 'ਚ ਕਿੱਥੇ ਜਾਨੀ ਉਦੋਂ ਤੂੰ ਪੜਦਾ ਸੀ ਉਦੋਂ ਜਾਨੀ ਵੀ ਵਿੱਚ ਪਾ ਲਿਆ 10 ਸਾਲ ਪੁਰਾਣੀ ਗੱਲ ਹੈਗੀ 10 ਸਾਲ ਪਹਿਲੇ ਮੈਂ ਤੈਨੂੰ ਜਾਣਦਾ ਹੀ ਨਹੀਂ ਸੀ ਲੈ ਮੈਂ ਤੁਹਾਨੂੰ ਨਹੀਂ ਸੀ ਜਾਣਦਾ ਲੋਕ ਜਾਣਦੇ ਸੀ ਜਗ੍ਹਾ ਜਗ੍ਹਾ ਤੇ ਪੋਸਟਰ ਲੱਗੇ ਹੁੰਦੇ ਸੀ ਮੇਰੇ ਉਸਤਾਦ ਜੀ ਜਿਹਨੂੰ ਮਰਜ਼ੀ ਪੁੱਛ ਅੱਛਾ ਪਹਿਲੇ ਆਪਣਾ ਐਡਾ ਵੱਡਾ ਬਿਲਟ ਅਪ ਦੇ ਲਿਆ ਤੇ ਮੁੜ ਕੇ ਕਹਿੰਦਾ ਆਪਣੇ ਉਸਤਾਦ ਨੂੰ ਕਹਿ ਮੈਨੂੰ ਉੱਥੇ ਭੇਜ ਕੈਸਾ ਫੇਕ ਸਟੋਰੀ ਕੈਸੀ ਫਿੱਕੀ ਪਹਿਲੇ ਆਪਣਾ ਐਡਾ ਬਿਲਟ ਅਪ ਦੇ ਲਿਆ ਕਿ ਫੈਸਲ ਰਾਮੇ ਅੱਜ ਤਕਸੀਮ ਕਰੇਗਾ ਲੰਗਰ ਤੇ ਯਾਰ ਤੂੰ ਵੱਡਾ ਆਦਮੀ ਹੋ ਗਿਆ ਤੇ ਹਾਜੀ ਨੂੰ ਕਹਿ ਰਿਹਾ ਯਾਰ ਆਪਣੇ ਉਸਤਾਦ ਜਾਨੀ ਨੂੰ ਕਹਿ ਮੈਨੂੰ ਬਾਹਰ ਕੋਈ ਹੋਟਲ ਸੀਗਾ ਨਾ ਉਹਨਾਂ ਦਾ ਤੁਹਾਡਾ ਨਹੀਂ ਬੇਟਾ ਇਹ ਨਹੀਂ ਕਵਰ ਹੋਣਾ ਕਵਰ ਨਹੀਂ ਹੋਣਾ ਇਹ ਗੱਲ ਵੱਧ ਗਈ ਕਵਰ ਨਹੀਂ ਹੋਣੀ ਇਹ ਗੱਲ ਹੋਰ ਹੋ ਗਈ
ਇਸੇ ਤੋਂ ਕਹਿੰਦੇ ਆ ਜਿਹੜਾ ਬੰਦਾ ਹੋਮਵਰਕ ਕਰਕੇ ਹੁੰਦਾ ਨਾ ਉਹਨੂੰ ਏ ਟੂ ਜ਼ੈਡ ਪਤਾ ਹੁੰਦਾ ਮੈਂ ਕੀ ਕਰਨਾ ਵਾ। ਮੈਨੂੰ ਪਤਾ ਨੀ, ਮੈਂ ਆਪਣੇ ਵੱਲੋਂ ਮੈਂ ਕਿਹਾ ਚਲੋ ਕੋਈ ਅੱਜ ਨਾ ਕਿਸੇ ਗਲਤ ਸ਼ੋਅ ਕਰਦੇ ਤੇ ਮੈਨੂੰ ਪਤਾ ਸਿਮਰਨ ਤਿਆਰ ਕੀਤੀ ਤੇ ਸਹੀ ਹੋਈ ਨੀ ਤਿਆਰ। 40 ਮਿੰਟ ਬੜੀ ਮੁਸ਼ਕਿਲ ਵਿੱਚ ਆ, ਲੈ ਕੇ 8-9 ਮਿੰਟ ਮੈਂ ਲਗਾਏ ਨੇ ਆਪਣੀ ਜਗ੍ਹਾ ਤੇ ਹੁੰਦੀਆਂ ਨੇ। ਇਹਦਾ ਮਤਲਬ ਇਹ ਨੀ ਤੁਸੀਂ ਉਹਨਾਂ ਨੂੰ ਹੁਣ ਇਹ ਸਮਝ ਲਾਓਗੇ ਬੇਵਕੂਫ ਨੇ ਹੋ। ਮੁਹੱਬਤ ਕੀ ਤਬੀਅਤ? ਚਲੋ ਜੀ ਤੁਸੀਂ ਇਹਨਾਂ ਨਾਲ ਮੁਹੱਬਤ ਕਰਦੇ ਹੋ, ਕੰਮ ਚ ਕਿਹੜੀ ਮੁਹੱਬਤ ਹੁੰਦੀ ਆ? ਕੰਮ ਆਪਣਾ 100% ਦਿਓ ਅਗਲੇ ਨੂੰ। ਸਾਜੀ ਇੱਕ ਮਿੰਟ ਠਹਿਰ, ਜੋ ਬੰਦਾ ਜੋ ਮਰਜ਼ੀ ਕਰਦਾ ਰਵੇ ਸਿਮਰਨ ਦਾ ਹਿਸਾਬ ਤੈਨੂੰ ਮੈਂ ਦੱਸ ਦਿੰਦਾ। ਉਸਤਾਦੀ ਮੈਨੂੰ, ਮੈਂ ਤੁਹਾਨੂੰ ਦੱਸ, ਮੈਂ ਤਾਂ ਸਿਮਰਨ ਨੂੰ ਐਸਾ ਖੋਲਣਾ ਸੀ, ਇੰਜ ਫਿਲਮ ਤਬਾਹੀ ਫੇਰ ਦੇਣੀ ਸੀ ਮੈਂ। ਉਹ ਬਸ ਕਰਦੇ, ਮੈਂ ਤੈਨੂੰ ਕਹਿੰਦਾ, ਮੈਂ ਤੈਨੂੰ ਇੱਥੇ ਦੱਸਣਾ ਸੀ ਕਿ ਸਿਮਰਨ ਨੇ ਮੈਨੂੰ ਕਿਹਾ ਉਸਤਾਦੀ ਉੱਥੇ ਫੈਸਲ ਸਾਹਿਬ ਉੱਥੇ ਆਓ ਬਾਗ ਚ। ਸਾਜੀ ਉਹ ਮੇਰੇ ਨਾਲ ਬੈਠੀ ਹੈ, ਉਹਨੇ ਸਾਜੀ ਇੰਜ ਕਰਕੇ ਨਾ ਇੱਕ ਪੂੜੀ ਕੱਢੀ ਹੈ ਪਹਿਲੇ, ਉਹਨੇ ਮੇਰੇ ਨਾਲ ਦੇਖਿਆ, ਉਸ ਤੋਂ ਬਾਅਦ ਉਹਨੇ ਚੂੰਡੀ ਬਣਾਈ, ਸਿਮਰਨ ਇੰਜ ਚੂੰਡੀ ਰੱਖੀ, ਉਸ ਤੋਂ ਬਾਅਦ ਉਹਨੇ ਕਿਹਾ ਫੈਸਲ ਮੈਂ ਤਾਂ ਤੈਨੂੰ ਇੱਦਾਂ ਦਾ ਦੱਸਣਾ ਸੀ, ਤੂੰ ਕਹਿਣਾ ਸੀ ਕਿ ਸਿਮਰਨ ਇਹ ਕੀ, ਉਹਨੇ ਕਹਿਣਾ ਬਸ ਭੈੜੀਆਂ ਹੱਥਾਂ ਪੈ ਗਈਆਂ। ਪਹਾੜਾ ਲਿਖ ਰਹੇ ਸੀ, ਸੱਤ ਦਾ ਸੱਤ ਕੰਮ, ਸੱਤ ਸੱਤ ਦੂਣੀ 14, 10-7-79 ਲਿਖ ਦਿੱਤਾ ਤੇ ਸਾਰੇ ਸਟੂਡੈਂਟ ਨਾ ਹੱਸਣ ਲੱਗ ਪਏ। ਉਹ ਕਹਿੰਦੇ ਜੀ 10-7-70 ਹੁੰਦਾ, ਤੁਸੀਂ 79 ਲਿਖ ਦਿਓ। ਕਹਿੰਦੇ ਯਾਰ ਪਿੱਛੇ ਮੈਂ 9 ਤੀਕਰ ਸਹੀ ਲਿਖਿਆ, ਐਂਡ ਤੇ ਮੈਂ ਗਲਤੀ, ਯਾਨੀ ਕਿ ਤੁਸੀਂ ਜੋ ਮਿਸਟੇਕ ਕਰਦੇ ਹੋ ਲੋਕ ਉਹਦੇ ਤੇ ਗੌਰ ਰੱਖਦੇ। ਉਹਨਾਂ ਨੇ ਕਿਹਾ ਮੈਂ ਜਿਹੜਾ ਸਹੀ ਲਿਖਿਆ ਤੁਸੀਂ ਨਹੀਂ ਬੋਲੇ, ਦੇਖੋ ਮੈਂ ਗਲਤ ਲਿਖਿਆ, ਤੁਸੀਂ ਸਾਰੇ ਇੱਕਦਮ ਐਕਟਿਵ ਹੋ ਗਏ ਤੇ ਤੁਸੀਂ ਆਪਣੀ ਵੱਲੋਂ ਹੁਣ ਇਹ ਪਾ ਰਹੇ ਕਿ ਵੀ ਪੂਰਾ 40 ਮਿੰਟ ਦਾ ਮੈਂ ਇਸ ਤੋਂ ਕੀਤਾ। ਨਹੀਂ ਨਹੀਂ, ਇਹ ਨਹੀਂ ਮੈਂ ਗੱਲ, ਚਵਲ 2-4 ਮਿੰਟ ਦੀ ਮਾਰ ਲੈਂਦਾ। ਮੈਂ ਗੱਲ ਕਰ ਰਿਹਾ ਕਿ ਅਗਰ ਮੈਂ ਕੋਈ ਗਲਤ ਕੀਤਾ ਤੇ ਇਨਸ਼ਾਅੱਲਾ ਨੈਕਸਟ। ਉਹਨਾਂ ਨੇ ਜਾਣ ਬੁੱਝ ਕੇ ਲਿਖਿਆ ਨਾ, ਗੌਰ ਕਰ, ਅੰਦਰ ਕਮਰੇ ਚ ਬਹਿ ਕੇ ਕਰ ਲਿਆ ਕਰੋ ਯਾਰ, ਉਹ ਤੈਨੂੰ ਆਪਣਾ ਇੱਥੇ ਇੱਥੇ ਕੰਮ ਹੋ ਰਿਹਾ ਵਾ। ਚਲੋ ਠੀਕ ਹੋ ਗਿਆ। ਹਾਂ ਯਾਰ, ਉਹ ਕੱਲ ਨੂੰ ਤੈਨੂੰ ਕਵੇ ਛਾਲ ਚ ਖੂਹ ਮਾਰ ਦੇ ਤੇ ਮਾਰ ਦੇਗਾ। ਖੂਹ ਮੇਰੀ ਜ਼ਿੰਦਗੀ ਹੈ। ਖੂਹ, ਹਾਂ ਸਹੀ ਗੱਲ। ਅੱਛਾ ਯਾਰ, ਬਿਟ 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 ਰਹੀ ਹੈ। ਥੈਂਕ ਯੂ। ਚਲੋ ਯਾਰ, ਲਓ ਜੀ ਨਾਜ਼ਰੀਨ, ਪਰਦਾ ਗਿਰਤੇ ਹੀ ਚਲੇ ਜਾਤੇ ਹੈ ਤਮਾਸ਼ਾ ਹੀ ਨਹੀਂ। ਫੈਸਲ ਸਾਹਿਬ ਬਹੁਤ ਰੋਤੇ ਹਨ ਲੋਕ। ਫੈਸਲ ਸਾਹਿਬ, ਗੱਲ ਇਹ ਬਣਦੀ ਆ ਕਿ ਭਾਈ ਜਾਨ ਸਹੀ ਗੱਲ ਆ ਸਾਹਿਬ ਜੀ, ਮੇਰੀ ਇਹ ਮਿਸਟੇਕ ਆ, ਮੇਰੇ ਕੋਲ ਗਲਤੀ ਨਹੀਂ, ਮੇਰੇ ਕੋਲ ਗਲਤੀ ਹੋਈ, ਮੈਂ ਅੱਗੇ ਤੋਂ ਤਿਆਰੀ ਕਰਕੇ ਆਵਾਂਗਾ। ਆ ਗੱਲ ਸਿੱਧੀ ਗੱਲ ਆ। ਉਹਦਾ ਸ਼ੇਰ ਦੁਬਾਰਾ ਸੁਣਿਓ। ਕਿਹੜਾ ਕਿਹੜਾ ਸ਼ੇਰ ਸੁਣਾਣਾ ਤੇਰਾ? ਸੁਣਾਣਾ ਕਿਹੜਾ? ਪਰਦਾ ਗਿਰ, ਪਰਦਾ ਪਰਦਾ ਗਿਰਤੇ ਹੀ ਚਲੇ ਜਾਤੇ, ਪਰਦਾ ਗਿਰਤੇ ਹੀ, ਪਰਦਾ ਗਿਰਤੇ ਹੀ, ਪਰਦਾ ਗਿਰਤੇ ਹੀ ਚਲੇ ਜਾਤੇ ਹੈ ਤਮਾਸ਼ਾ ਹੀ, ਬਹੁਤ ਰੋਕਤੇ ਹੈ ਲੋਕੋ ਕੋ ਹਸਾਨੇ ਵਾਲੇ। ਇਸ਼ਰਾ ਦੇ ਤੇ ਟੂੜੂ ਪਾ ਦੇ ਤਮਾਸ਼ਾਹੀ, ਤਮਾਸ਼ਾਹੀ ਮਹੱਲਾ, ਤਮਾਸ਼ਾਹੀ ਮੇਵਾ, ਤਮਾਸ਼ਾਹੀ। ਅੱਛਾ ਸਾਜੀ, ਇਹਨੂੰ ਕਿੰਨੀ ਦੇਰ ਹੋ ਗਈ ਥੇਟਰ? ਯਾਰ ਸਿੱਧਾ ਕਵੇ ਕਿ ਨਾਲ ਯਾਰ ਦੇਖਣਾ, 40-45 ਮਿੰਟ ਬੈਠੇ ਅਗਲੇ ਵੇਖ ਰਹੇ ਨੇ, ਥੱਲੇ ਇੱਕ ਮਿੰਟ ਦੇ ਵਿੱਚ ਤੁਸੀਂ ਦੱਸਣਾ ਕਿ ਮੈਂ ਸਹੀ ਕਹਿ ਰਿਹਾ, ਜਿਹੜਾ ਕੰਮ ਆ ਫਰੀਦ ਸਾਹਿਬ ਉਹ ਕੰਮ, ਭਾਵੇਂ ਬਿਮਾਰ ਆ, ਭਾਵੇਂ ਤਬੀਅਤ ਨਹੀਂ ਸਹੀ, ਉਹਨੂੰ ਕਹਿ ਦਿਓ ਯਾਰ ਨਹੀਂ ਸਹੀ ਭਾਈ, ਤੇ ਬਗੈਰ ਤਿਆਰੀ ਤੋਂ ਆ ਕੇ ਤੇ ਬਾਅਦ ਵਿੱਚ ਉਹਨਾਂ ਨੂੰ ਕਹਿਣਾ ਯਾਰ ਸਾਡਾ ਪਿਆਰ ਕਰਦੇ ਨਾ। ਲੇਕਿਨ ਸਾਜੀ, ਜਿਹੜੇ ਅਸੀਂ ਟੌਪ ਆਫ ਦਾ ਲਿਸਟ ਸ਼ੋਅ ਕੀਤੇ ਨਾ ਸਭ ਤੋਂ ਅੱਛੇ, ਤੁਸੀਂ ਉਹਨਾਂ ਦਾ ਇੱਕ ਮਾਈਂਡ ਬਣਾਤਾ, ਉਹਦੇ ਤੋਂ ਥੱਲੇ ਵੀ ਵੇਖਿਆ ਨਾ ਤੇ ਲੋਕਾਂ ਨੇ ਕ੍ਰਿਟੀਸਾਈਜ਼ ਕੀਤਾ। ਅਸਲ ਕਹਾਣੀ ਇਹ ਵਸਤਾ ਜੀ, ਡੇਲੀ ਸ਼ੋਅ ਕਰਨਾ ਤੇ ਇੱਕ ਕੋਈ ਟੀਮ ਜਿਹੜੀ ਇੱਕ ਸ਼ੋਅ ਕਰਦੀ ਆ ਯਾਰ, ਸਿਰਫ ਆ ਠਹਿਰ ਜਾਣ ਦਲੀਲ, ਸਿਰਫ ਇੰਨਾ ਮੈਂ ਕਹਿ ਰਿਹਾ ਕਿ ਯਾਰ ਥੋੜੀ ਜਿਹੀ ਤਿਆਰੀ ਕਰ ਲੈਂਦਾ, ਇੱਥੇ ਨਹੀਂ ਤੁਸੀਂ ਆ ਰਹੇ, ਤੁਸੀਂ ਅੱਗੋਂ ਮੈਨੂੰ ਦਲੀਲਾਂ ਦੇਈ ਜਾ ਰਹੇ। ਸਹੀ ਗੱਲ ਦੱਸ, ਅੱਧਾ ਘੰਟਾ ਲੱਗਣਾ, ਬਾਹਰ 3 ਘੰਟੇ ਤੁਸੀਂ ਬੈਠੇ ਰਹੇ, 3 ਵਜੇ ਦੇ ਆ ਕੇ ਤੇ 6 ਵਜੇ ਅਸੀਂ ਸ਼ੋਅ ਸ਼ੁਰੂ ਕੀਤਾ, 3 ਘੰਟੇ 'ਚ ਤੁਸੀਂ ਸਟੋਰੀ ਨਹੀਂ ਬਣਾ ਸਕੇ 4 ਜਣੇ ਰਲ ਕੇ? ਇਸ ਗੱਲ ਤੇ ਨਹੀਂ ਆ ਰਹੇ, ਇੱਧਰ ਨੀ ਮਾਦਰਤ ਕਰ ਰਹੇ, ਅਪੋਲੋਜਾਈਜ਼ ਕਰ ਰਹੇ ਇਸ ਗੱਲ ਨੂੰ, ਅਪੋਲੋਜਾਈਜ਼। ਥੀਏਟਰ ਕਹਿਣਾ, ਯਾਨੀ ਥੀਏਟਰ ਨੂੰ
ਥੀਏਟਰ ਕਹਿੰਦੇ ਯਾਰ ਪੜਦਾ ਨਹੀਂ ਉਹਨੇ ਸੁਣਿਆ ਉਰਦੂ ਸ਼ੇਰ ਚ ਆਹੋ ਪੜਦਾ ਆਹੋ ਥੈਂਕ ਯੂ ਤੇ ਅੱਗੋਂ ਬਾਲੂ ਸ਼ਾਹੀ ਨਹੀਂ ਸੁਣਿਆ ਪੜਦਾ ਕਿਹੜਾ ਸੀ ਤਮਾਸ਼ਾਹੀ ਤਮਾਸ਼ਾਹੀ ਜਿੱਥੇ ਤੁਸੀਂ ਕੰਮ ਕਰਦੇ ਹੋ ਕੀ ਕਹਿੰਦੇ ਜੀ ਮੈਂ ਤਾਂ ਦੱਸਣਾ ਪਰਦਾ ਗਿਰਤੇ ਹੀ ਚਲੇ ਜਾਂਦੇ ਯਾਰ ਛੱਡ ਦਿਓ ਉਹ ਛੱਡ ਦਿਓ ਥੀਏਟਰ ਥੀਏਟਰ ਨੂੰ ਕੀ ਕਹਿੰਦੇ ਥੀਏਟਰ 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 हके राय अस्तकूसी होवे दस देना दस के जानवर आ जिदे चार लत्तां ते पर भी हुंदे नाल चार लत्तां हुंदियां नाल पर भी हुंदे चूचा जी चूचे दियां दो लत्तां हुंदियां दो चूचे कर लो हाँ जी एक चूची कर लो ना लेगी लता चार कर लो ना स्टोरी रहा था याद कर लिए पुल जाने अबे लता चार ना करी क्यों ना लता चार कर लो अखा चार हूं दिया ने हाँ जी यार दस दस जल्दी चार चार लता ने नालो दे पार भी ने चार लता ने ते पार भी ने यार ये चार लता ना पार के रे आगे बेच ओ यार ओ जड़ी मुर्गाबी उड़ दी है यार नहीं मुर्गाबी नहीं उड़ दी ओ मुर्गाबी आंखें जो तेरी देखी ठहर जा चार लता मा ते है ये कोई मक्खी टैप ही आ चलो चार लता मा ते पार भी है चमगादड़ चमगादड़ भी नहीं की चमगादड़ उस्ताद चार लता ते पार भी नहीं यार किथे चमगादड़ यार ओदिया चार लता हुंदियां जवाब आंदा के पाइना ऐसा कोई नहीं जवाब ही बंदा जानवर चार अठ लत्तां पर भी हुंदे चुंज भी हुंदी है तू सोची जमे बाद तू मैनूं कहे नहीं पाइना ऐसा कोई नहीं मैं बिलकुल सही जवाब जानवर जिहड़ा पिछे नूं भी वेख लैंदा लाजवाब करता यार